असलम एवरी वन माई नेम इज मोमिन अली मुंशी आप देख रहे हैं गैलेक्सी लॉलीवुड दिस इज अम्मा टीवी और मैं हम लोग वापस आ चुके हैं एक बहुत ही मजेदार एपिसोड के साथ लास्ट वीक के शो को लोगों ने बड़ा पसंद किया बड़ा प्यार दिया लोग हंस हंस के लोट पोट हो गए हमारी आइसक्रीम की डिस्कशन आपकी मेकअप की दुर्घटना पे दुर्घटना पे दुर्घटना

किस दुकानदार से किट खरीदी गई किसने किट खरीदी और किट कहां तक पहुंची अम्मा तक तो कैसे पहुंची? ये सब सवाल चल रहे हैं तो आई थिंक लोग उस किट को देखना चाह रहे थे तो तो उस किट को दिखा दो आप <laughs> लोग तो कि एक एक तस्वीर झलक दिखाए और आपके सामने ये पूरी किट आ गई है ये किट खुल जा तो अभी भी पूरी की पूरी भरी हुई है <laughs> क्यों भरी हुई है मैं किट लाई नहीं लांदी दी देखो नहीं तो लाई नहीं सी ना पुरानी जरूर है।, oh <laughs> <एगर बरी कीट। laughs> है ये मेरी बरीकी कीटा एक मतलब भरी कीटा भरी ये मैं दूंगी अपने बाबू और वहां के मुंह मारेगी एक्सपायर्ड कीटा आपकी लोगों ने भी, भी कमेंट किया मां के एक्सपायर मेकअप इस्तेमाल नहीं करते बहुरु का कुत्त्य ड्रामा हर फिल्म सी ये किल्ले पर केटा ये मेरी जाति ये मेरी सर <laughs> बेटा है

ਇਹ ਮਰੀ ਮੀਂਗਾ ਲੈ ਲੇਗਾ ਇਹ ਮਰੀ ਸਾਸ ਕਾ ਲੈ ਲੇਗਾ ਦਾਦੀ ਕਾ ਦੋਦੀ ਕਾ ਲੈ ਲੇਗਾ ਓਏ ਮੈਂ ਮਰ ਜਾ ਨਹੀਂ ਮੈਂ ਮਾਵਾਂ ਮੇਰਾ ਮੇਰਾ ਨਹੀਂ ਖਿਆ ਹੁਣ ਸੁਣ ਸੁਣ ਕੇ ਚੀਨੀ ਕਹਿੰਦੀ ਮਨ ਮੁਕੇ ਮਾਰਦੀ ਅਮਾਂ ਨੂੰ ਕੁਛ ਵੀ ਨਹੀਂ ਛੱਡਿਆ ਆਪਣਾ ਮੈਂ ਤੇਰਾ ਮੈਂ ਤਾਂ ਬੇਟਾ ਸੀ ਮੇਰਾ ਕਦੀ ਮਾਰ ਕੇ ਕਦੀ ਨਹੀਂ ਸੀ ਪਾਣਾ ਮੇਰੇ ਮੂੰਹ ਤੇ ਮਾਰਨਾ ਸੀ ਮੈਂ ਤਾਂ ਜਿਹਨੂੰ ਦਿੱਤਾ ਸੀ ਨਾ ਲੈ ਲੇਗਾ ਉਹਨੂੰ ਵੀ ਖੁਦਾ ਹੀ ਆਗੈ ਕੀ ਨਾ ਕਮਾਂ ਜੇਂ ਦਿੱਤਾ ਤਾਂ ਖੁਦਾ ਪੁੱਛੇ ਐਡਾ ਮਹਿੰਗਾ ਮੇਰਾ ਲਹੰਗਾ ਸੀ ਉਸਨੇ ਕਿਹਾ ਉਸ ਗਰੀਬ ਔਰਤ ਨੇ ਕਿ ਮੇਰੀ ਬੇਟੀ ਦੀ ਸ਼ਾਦੀ ਉਸ ਬੇਸ਼ਰਮ ਔਰ ਬਗੈਰਤ ਨਾਲ ਦੇਤਾ ਮੈਂ ਗਾਲਾਂ ਗਾਣਾ ਕੱਢਾ ਉਹ ਕਿਹਨੇ ਕਹ ਸੀ ਮੈਂ ਤੇਰਾ ਲਾਂਗਾ ਪਾਣਾ ਉਸ ਗਰੀਬ ਨੂੰ ਕਰਕੇ ਮੈਂ ਕਹਾ ਵਿਚਾਰੀ ਬੜੇ ਦੁਖਾਂਦਾਰੀ ਬੜੀ ਮੇਰੀ ਕਰੀਬੀ ਚ ਉਸ ਬੇਸ਼ਰਮ ਨਾਲ ਦੇਤਾ ਉਸ ਬਗੈਰਤੀ ਦਾ ਵਿਆਹ ਲੇਟ ਹੋ ਗਿਆ ਫਿਰ ਲੇਟ ਹੋਣੇ ਮੇਰਾ ਲਾਂਗਾ ਪਾਇਨਾ ਆਪਣੀ ਤੀਨ ਕਿਹਨੇ ਕਿੱਥੋਂ ਪਾ ਲੈਣਾ ਸੀ ਮੈਂ ਨਹੀਂ ਪਤਾ ਨੇ ਕੀ ਅਗਲੂਨੇ ਨੇ ਕੀ ਕੀਤਾ ਮੇਰੇ ਲਹਿੰਗੇ ਨੂੰ ਉਹਨੇ ਲਹਿੰਗਾ ਪਾਇਆ ਨਾ ਚੀਨੀ ਨੇ ਕਿੱਥੋਂ ਪਾ ਲੈਣਾ ਸੀ ਐ ਨਾਲ ਸਮੇਂ ਕਿ ਮੇਰਾ ਲਾਂਗਾ ਪਹਿਲਾ ਸੀ ਰਿਆਗਾ ਤੇ ਫੁੱਲ ਹੋਏ ਆ ਨਮਜ਼ਾ ਆਖਿਆ ਮੈਂ ਤੁਹਾਨੂੰ ਤਸਵੀਰ ਦਵਾਂਗੀ ਲਹਿੰਗਾ ਮੇਰਾ ਫੁੱਲ ਸ਼ਾਨਦਾਰ ਸੀ ਲਹਿੰਗਾ ਬਣਾਉਣ ਵਾਲਾ ਚਾਰ ਮਾਰ ਗਿਆ ਅੱਲਾ ਜਨਨ ਨਸੀਬ ਕਰੇ ਲਹਿੰਗਾ ਫੁੱਲ ਸ਼ਾਨਦਾਰ ਸੀ ਮੇਰਾ ਮੇਰੇ ਸਾਰੇ ਕੱਪੜੇ ਡਿਆਲਾ ਸੀ ਮੇਰੀ ਵਰੀ ਸੀ ਇੱਕ ਇੱਕ ਚੀਜ਼ ਮੇਰੀ ਪਸੰਦ ਦੀ ਮੇਰੀ ਸੱਸ ਨੇ ਬਣਾਈ ਸੀ ਹਾਂ ਜੀ ਕੀਟ ਦੋਨੇ ਵੀ ਕਹਿ ਦਨਾ ਕੀ ਇਹ ਮੇਰਾ ਜ਼ੇਵਰ ਮੇਰੇ ਕੱਪੜੇ ਹਰ ਚੀਜ਼ ਅੱਲਾ ਜਨਨ ਸੀ ਕਿ ਮੇਰੀ ਸੱਸ ਨੇ ਮੇਰੀ ਪਸੰਦ ਦੀ ਰਹੀ ਸੀ ਇੱਕ ਇੱਕ ਚੀਜ਼ ਉਸ ਜ਼ਮਾਨੇ 'ਚ ਇੱਕ ਇੱਕ ਚੀਜ਼ ਮੈਂ ਆਪਣੀ ਪਸੰਦ ਦੀ ਖਰੀਦੀ ਸੀ ਹਾਂ ਜੀ ਮੈਨੂੰ ਗੁੱਸਾ ਫੇਰ ਉਸ ਔਰਤ ਤੇ ਆ ਗਿਆ ਬਿਸ਼ਰਮ ਮੇਡਮ ਇਹੰਗਾ ਮੇਰਾ ਲਹੰਗਾ ਸੀ ਇੰਨਾ ਮੇਰਾ ਮੇਰੇ ਸੋਹਰਿਆਂ ਵੱਲ ਦਾ ਸੀ ਬਹੁਤ ਮਹੰਗਾ ਸੀ ਉਹ ਕੰਬਖਤ ਵਾਲਿਆਂ ਛੱਕੀ ਕੀਤਾ ਲੈ ਕੇ ਤੇ ਪੋਆ ਵੀ ਨਾ ਉਹ ਤਾਂ ਵੀ ਝੂਠ ਬੋਲ ਕੇ ਮੇਰੇ ਕੋਲ ਆ ਕੇ ਮੇਰੀ ਟੀਦਾ ਪਿਆ ਖਾਨਾ ਖਾਲੀ ਟੀਦਾ ਵਿਆਹ ਹੈ ਨਹੀਂ ਸੀ ਬਿਸ਼ਰਮ ਸੁਬ ਲਹੰਗਾ ਨਹੀਂ ਪਹਿਨਣਾ ਆਪਕੀ ਖਬਰ ਪਹੁੰਚੀ ਪਰ ਆਪਨੇ ਕੁਛ ਨਹੀਂ ਕੀਤਾ ਮੈਂ ਕੀ ਕਰਦੀ ਉਸ ਬਿਸ਼ਰਮ ਦਾ ਉਹ ਵਿਆਹ ਤਾਂ ਜਾਗਦੀ ਕੁੜੀ ਨੂੰ ਕਹਿੰਦਾ ਉਹ ਲਹੰਗਾ ਲਾ ਦੇ ਜਿਹੜਾ ਨੇ ਪਾਇਆ ਸੀ ਕਿ ਮੇਰਾ ਕਿਉਂ ਨਹੀਂ ਪਾਇਆ

पॉलिशर वगैरह पॉलिशर सारी कसर अम्मा पूरी कर लेती हैं ईमान ने आज तक पॉलिशर नहीं करवाया फैशल नहीं करवाया क्या चीज फैशल।, फैशल फैशल हां नहीं तू दे पाला की कर एक सोटी फाड़ ले उस्ताद ही कहंदे गलत ईमान ने कहा था फैशल का फैशल पौल दो जो भी। और ने कभी नहीं करवाया मैं 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 ਮੈਂ ਸਿਰਫ ਆਪਣੀ ਮੁੱਛਾਂ ਨਹੀਂ ਲਵਾਉਂਦੀ ਮੁੱਛਾਂ ਜਿੱਕ ਸ਼ਾਨ ਹੈ ਮੇਰੀ ਗਾੜੀ ਵੀ ਗਾੜੀ ਦਿਲਵਾਨੀ ਆ ਦਰਦਵਾਜੋ ਕਿਤੇ ਜਾਣਾ ਤੇ ਜ਼ਰੂਰ ਪੁੱਟ ਗਿਆ ਬੱਕਰੀ ਲੱਗ ਰਹੀ ਬੱਕਰੀ ਲੱਗਨੀ ਪਈ ਐ ਨਾ ਤੇ ਮੁੱਛਾਂ ਨਹੀਂ ਮੈਂ ਲਵਾਉਂਦੀ ਮੁੱਛਾਂ ਮਨ ਆਪਣੀ ਸ਼ਾਨ ਲੱਗਦੀ ਇੱਕ ਵਾਰੀ ਨਾ ਮੈਂ ਪਾਰਲਰ ਵਾਲੇ ਕਹਿੰਦੇ ਕਹਿੰਦੀ ਮੂਛੇ ਤਾਂ ਉਤਰਵਾ ਲੈ ਤੇ ਮੈਂ ਮੁੱਛਾਂ ਲਵਾ ਲਈ ਹੋਏ ਏਡੀ ਮੁੰਨੀ ਮੁੰਨੀ ਮੈਂ ਲੱਗਾ ਅੱਲਾ ਮੇਰੀ ਤੋਬਾ ਨਾ ਮੈਂ ਫਿਰ ਕਾ ਨਾ ਮੈਂ ਮੁੱਛਾਂ ਜੀ ਮੇਰੀ ਸ਼ਾਨ ਹੈ ਮੈਂ ਮੁੱਛਾਂ ਨਹੀਂ ਲਵਾਉਂਦੀ ਕੀ ਬਾਤ ਹੈ ਅੱਛਾ ਜੀ ਅਬ ਆਪ ਬਤਾ ਦਿਓ ਆਪਣਾ ਕੱਪੜੇ ਹਾਂ ਜੀ ਕਪੜੋ ਕਾ ਮੈਨੇ ਕਹਾ ਤਾ ਨਾ ਅੱਛਾ ਅਮਾ ਨੇ ਨਾ ਬੜੀ ਐਕਸਾਈਟਮੈਂਟ ਕਾ ਮਜ਼ਾਹਰਾ ਕੀ ਅਮਾ ਨੇ ਕਹਾ ਕਿ ਮੈਂ ਗ੍ਰੀਨ ਸੂਟ ਲਿਆਉ ਕਿ ਪਾਕਿਸਤਾਨ ਇੰਜ ਚਾਹ ਵਰਲਡ ਕੱਪ ਜੀਤੇਗਾ ਤੋ ਮੈਂ ਧਮਾਲ ਡਾਲੂਗੀ ਮੈਂ ਬੰਗੜਾ ਡਾਲੂਗੀ ਲੇਕਿ ਪਾਕਿਸਤਾਨ ਸੈਮੀਫਾਈਨਲ ਹੀ ਹਾਰ ਗਿਆ ਕੋਈ ਗੱਲ ਨਹੀਂ ਐਸ ਹਾਰ ਚ ਵੀ ਪਾਕਿਸਤਾਨ ਦੀ ਜਿੱਤ ਦੇ ਸੈਮੀਫਾਈਨਲ ਤੱਕ ਪਹੁੰਚਣਾ ਬਹੁਤ ਬੜੀ ਤੋ ਲੋਕ ਜਿਹੜੇ ਬਕਵਾਸ ਕਰਦੇ ਉਹ ਲੋਕ ਕਹਿੰਦੇ ਖੱਲਾ ਉਹ ਬੱਚਿਆਂ ਦਾ ਜਿਹਨਾਂ ਕੰਮ ਹੈ ਦੁਨੀਆ ਦੇ ਸਿਰਫ ਬਕਵਾਸ ਕਰਨ ਆਏ ਨੇ ਕਿ ਪਾਕਿਸਤਾਨ ਨੇ ਇੰਜ ਕੀਤਾ ਪਾਕਿਸਤਾਨ ਨੇ ਗਲਤ ਖੇលਿਆ ਇੰਜ ਕੀਤਾ ਬਿਲਕੁਲ ਨਹੀਂ ਤੁਸੀਂ ਇੰਨੀ ਗੱਲ ਗੌਰ ਕਰੋ ਕਿ ਵਿਰਾਤ ਕੋਲੀ ਕਿੱਡਾ ਵਡਾ ਨਾ ਆਇਆ ਇੱਕ ਖਿਡਾਰੀ ਇੱਕ ਅਨੁਸ਼ਕਾ ਦਾ ਖਾਮਦ ਅੰਮਾ ਐਡਾ ਅਮੀਰ ਬੰਦਾ ਅੰਮਾ ਉਸੇ ਖਾਮਦ ਤੇ ਕਾ ਲਿੰਕ ਹੈ ਇਹ ਨਹੀਂ ਬਹੁਤ ਅਮੀਰ ਪਤਾ ਨਹੀਂ ਕੀ ਉਹ ਭਾਈ ਕੀ ਹੈਗਾ ਅੰਮਾ ਅੱਛਾ ਖਿਡਾਰੀ ਕੋ ਨਾ ਆਪ ਕੱਜਾ ਖਿਡਾਰੀ ਕਿਉਂ ਅੱਛਾ ਬਹੁਤ ਸਕਸੈਸਫੁਲ ਖਿਡਾਰੀ ਕੋ ਸਰ ਕਲਾ ਖਿਡਾਰੀ ਨੀ ਨਾ ਹੈਗਾ ਪਤਾ ਨਹੀਂ ਅੰਮਾ ਸਕਸੈਸਫੁਲ ਖਿਡਾਰੀ ਐਡਾ ਮਿਕਾ ਪਤਾ ਨਹੀਂ ਕੀ ਕੀ ਕੁਛ ਕਰਦਾ ਤੂੰ ਖਿਡਾਰੀ ਅੱਛਾ ਇਸ ਲਈ ਐਡੇ ਵਗੈਰਾ ਕਰਦੇ ਨਾ ਸਾਰਾ ਕੁਝ ਬਹੁਤ ਅੱਛਾ ਬਹੁਤ ਗ੍ਰੈਂਡ ਹੈ ਬਹੁਤ ਵੱਡੀ ਚੀਜ਼ ਦੋਸਤੋ ਐਡੀ ਵੱਡੀ ਤੌਰ ਉਹਦੇ ਵਿੱਚ ਪਾਕਿਸਤਾਨ ਦਾ مسلسل ਸਾਰੇ ਮੈਚ ਜਿੱਤਣਾ 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 ਸੈਮੀਫਾਈਨਲ 'ਚ ਵੀ ਇਹ ਨਹੀਂ ਕੀਤਾ ਬਸ ਗਿਆ ਤੇ ਹਾਰ ਗਿਆ ਐਂਡ ਤੱਕ ਉਹਨੇ ਪੂਰੀ ਫਾਟ ਕੀਤੀ ਉਹਦੇ ਵਿੱਚ ਇੱਕ ਕਮਬਖਤ ਮਾਰੇ ਇੱਕ ਨੇ ਜਿੱਤਣਾ ਸੀ ਇੱਕ ਨੇ ਹਾਰਨਾ ਸੀ ਤੇ ਪਾਕਿਸਤਾਨ ਹਾਰ ਗਿਆ ਮੈਂ ਫੇਰ ਵੀ ਪਾਕਿਸਤਾਨ ਨੂੰ ਕਮਾਂਗੀ ਸੈਮੀਫਾਈਨਲ ਤੱਕ ਗਿਆ ਐਡਾ ਸ਼ਾਨਦਾਰ ਗਿਆ ਇਹ ਜੀਤੀ ਏ ਓ ਹੋ 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 ਮੌਕੇ ਦੇ ਕਿ ਮੈਨੂੰ ਨਾ ਉਹ ਯਾਦ ਆ ਜਾਂਦੀ ਏ ਰੂਫਜ਼ਾ ਯਾਦ ਹੈ ਕਦੂਸੀ ਸਾਹਕੇ بیਵਾ ਉਹ ਵੀ ਐਸੀ ਦਾਸ ਹੁੰਦੀ ਥੀ ਓਏ ਇੰਦੁਰ ਅਮਨੇ ਕਲਿਪ ਡੋਂਕੀ ਲਗਾਉਂਗਾ ਰੂ ਅਫਜ਼ਾ ਖੈ ਲਾ ਅਮੀ ਮੈਂ ਸਭ ਤੋਂ ਮੰ ਪਿਆੜਾ

अब आप ड्रामे दे के बताते हैं क्या बात गलत है क्या बात सही है और यही काम मोमन मुंशी की अम्मी कर रही है बिना डिग्री के और लोगों ने कहा वो अभी आमना ने कहा बहुत बेहतर कर रही हैं यासिन ने कहा बिल्कुल बहुत बेहतर कर रही हैं बहुत से लोग कमेंट कर रहे थे और डीएम भी आए के भी इसकी आप बात करें बत ये क्या बदतमीजी है ये क्या बदमजगी है भाई एक मजाक था एक जोक था आई डोंट थिंक आमना इस बात पे ऑफेंड हुई है ना ही हमें ऑफेंड हुए इस बात पे एक मजाक था ऐसे जोक्स होते हैं बहुत हाँ। शोज में जो बंदा गेस्ट बैठता है तो उसका बात गलत नहीं है आमना बाकी बहुत पढ़ी लिखी बहुत बड़ी जर्नलिस्ट है।, है और बहुत अच्छी नकाद है इसमें कोई शक नहीं है नकाद ओहो नकाद क्रिटिक है ना एक जोक था एक मजाक था एंजॉय करें मुझे खुशी इस बात की है कि यू नो अब हम जितने भी आप ब्लॉगर्स कह ले मीडिया पोर्टल जर्नलिस्ट कह ले हम सब लोग शो में जाते हैं तो अब हम लोग भी मतलब कि ना हमारी भी चेहरे हैं जानते हैं हमारे ऊपर हाँ, मजाक होते हैं है, हाँ, तो है, तो तो अच्छी बात है हाँ, हाँ, सबकी हाँ, और अगर अम्मा वहां पे होती तो अम्मा का मजाक उड़ाते वो अम्मा इस तरह उस बंद का मजाक ही उड़ता है अम्मा अवाम की आवाज है अम्मा अम्मा को यू नो प्रॉपर एक कोई क्वालिफाइड क्वालिफिकेशन इस तरह नहीं अम्मा के पांच हाँ। जनसम एक आ, आम आवाम है तो दोनों अपने तरह से काम कर रही है दोनों ही ड्रामे देखती है और आवाम की ही मैं तो, तो ही मैं आवाज तो वही का अपना एक है और जिन का हाँ। तो एक टेक है हाँ। तो दोनों अच्छा काम कर रहे हैं ना आगे बढ़े फिर आई थिंक इसी के साथ हम शो की तरफ बढ़ते हैं और शुरू करते हैं रिव्यू टाइम रिव्यूज की शुरुआत हम सबसे पहले करते हैं नए ड्रामा सीरियल दिले मोमेंट के साथ तो दिले मोमेंट की पहली एपिसोड कैसी रही दिले मोमिन की पहली एपिसोड पहला सीन माशाल्लाह दिल खुश हो गया इसमें मोमिन नमाज पढ़ता दिखाया उसमें पहले अजान थोड़ी देता हुआ दिखाया और अज़ान की जो आवाज़ थी इतनी प्यारी आवाज़ थी सीधी दिल से बाजी थी दिल रूह तक खुश हो गया वेल well डन जिस काम का भी आगाज़ अगर आप अल्लाह के नाम से करते हैं वो काम ऊपर ना जाए हो ही नहीं सकता ये ड्रामा सुपर डुपर हिट जाएगा इसमें अजान से शुरुआत की है बकाश मैं नैट का जमाना तो पहले मर गई हूँ सर मेरी तो दुनिया बदल गई मैं जी गई मेरी हर गल उल्टी निकल रही है अब इसमें आप जाहरी बात है इना वा ड्रामा जिसे फैसल क्रैश हीरो ना वो ड्रामा बहुत व्डा होंगे पहला सीन है फैसल क्रेश अजान दंडिया हथ रख के सारी जिंदगी बचपन दो हाथ अजान सुनिया नेगर ये बार ड्रामे में दिखा रहे होता कि हो एडा ड्रामा बना दिया पहली शुरुआत एक हाथ से काना देर मैं सारी दुनिया पुलट गई है बातें पहले आप लोग पता भी नहीं थी काफी ज्यादा और शायद पता नहीं जैसे वो अजान के साथ माशा बड़ा अच्छा सारा कुछर की नमाज अजान देने गया। फजर की नमाज बच्चा पढ़ ले माशाला उस बच्चे पर बच्चा ही नहीं सफेद नहीं चाह जा वो अजान देने गया अगर इतना दिन ही मैं खाद का मैंने यह गल चीज लगी दसो बच्चे माँ बाप अजान का एंड दखा अजान का आखिरी लफ्ज होता उसके बाद उसके माँ बाप कैमरा होता माँ बाप अपनी गलते मोमन साहब अजान दें बाल वालदा गुफ्तगु करते पे ये मोमन अजान दे रहा है सारे गुफ्तू अजान सब पता ना कि अजान खामोशी ना सुननी चाहिए नहीं जी नहीं उन्होंने खामोशी ना कोई न सुने अच्छा उसके बाद अपना मोमिन ये है कि मोमिन लैक्चरार लग गए लैक्चरार लग गए इस वायरक्टर की यह तारीफ करूंगी उसने सब के गैटअपे बहुत मेहनत की है और बहुत अच्छा लग रहा है इसमें बच्ची आशी की माँ जो बनी है वो हमेशा औरत मॉडर्न बनी होती है पूरी सिंपल जी माँ बनी हुई है अच्छा सबा फैसल वो सिंपल सी और दूसरा मैं फैसल कुरैशी की तारीफ करना चाहूंगी सिर्फ सन पता है फैसल कुरैशी इतना खूबसूरत और इतना यंग लग रहा है कि जिसका साहब क्या बात है बहुत यंग बच्चा लग रहा है अच्छा वो ना फैसल कुरैशी अब जा रहा है उसके वो आशी के साथ प्यार करता है ना अब ਯੂਨੀਵਰਸਿਟੀ ਜਾ ਰਹਾ ਐ ਲੈ ਅੱਛਾ ਇਹ ਬਸ ਗਿਆ ਹੋਤੀ ਜੀ ਨਾ ਉਹ ਨਾ ਖੂਬਸੂਰਤ ਅਸੀਂ ਵੀ ਮੰਨਿਆ ਵਿੱਚੀ ਬਹੁਤ ਖੂਬਸੂਰਤ ਦਹਾਇਆ ਫੈਸਲ ਪਰ ਸ਼ਿਕਾਉ ਇਸ ਨਾਲ ਸਾਡੀ ਜ਼ਬਾਬ ਖਤਿਆਰ ਸੀ ਨਾ ਖੂਬਸੂਰਤੀ ਚ ਅਸੀਂ ਕੋਈ ਗਾਲਾਂਮ ਕਰਨ ਜਿਸ ਨਾ ਕਿਸੇ ਨੂੰ ਮਿਸਾਲ ਵੀ ਦੇਣੀ ਬੜੀ ਤਾਂ ਜ਼ਬਾਬ ਖਤਿਆਰ ਹੈ ਖੂਬਸੂਰਤੀ ਜ਼ਬਾਬ ਖਤਿਆਰ ਕਹੀਦਾ ਐ ਜ਼ਬਾਬ ਖਤਿਆਰ ਦਹਾਇਆ ਮਰਦਾਂ ਦਾ ਅੱਛਾ ਮੂਮਨ ਮੂਮਨ ਮਰਦਾਂ ਦੇ ਜ਼ਬਾਬ ਖਤਿਆਰ ਚ ਲਗੀ ਮਰਦਾਂ ਦੀ ਯੂਨੀਵਰਸਿਟੀ ਕੇ ਅੱਲਾ ਜਿਹੜੇ ਕਾਲਜ ਵੇ ਉੱਥੇ ਚੱਲ ਗਏ ਹਾਏ ਅੱਲਾ ਉੱਥੇ ਬੱਚੀ ਮਾਇਆ ਬੱਚੀ ਇਹ ਮਾਇਆ ਇੰਤਹਾਈ ਬਦਤਮੀਜ਼ ਬੱਚੀ ਮਦੀਹ ਇਮਾਮ ਹਾਂ ਮਦੀਹ ਹਾਂ ਉਹ ਨਾ ਬੜੀ ਮਗਰੂਰ ਤੇ ਨਕ ਚੜੀ ਜਈ ਦਿਖਾਈ ਹੋਈ ਹੈ ਗੋਹਰ ਉਸ ਦਾ ਬਚਪਨ ਦਾ ਦੋਸਤ ਹੈ ਔਰ ਉਸ ਕੋ ਪਿਆਰ ਕਰਤਾ ਅੱਛਾ ਉਹ ਗੋਹਰ ਤੇ ਖੱਲੇ ਪਾਉਂਦੀ ਹੈ ਕਹਿੰਦੀ ਕਾਲਾ ਮੂੰਹ ਤੇਰਾ ਨੀਲੇ ਪੈ ਲੋ ਜੀ ਕਲਾਸ ਹੋਈ ਹੈ ਤੇ ਉਹ ਕਲਾਸ ਵਿੱਚ ਨਾ ਮੈਂ ਤਾਂ ਨਹੀਂ ਪਤਾ ਜੀ ਉਹਨੂੰ ਵਿੱਚ ਹੁੰਦਾ ਹੈਗਾ ਮੂਮਨ ਲੈਕਚਰ ਦੇਣ ਦੇ ਹੈ ਤੇ ਮਾਇਆ ਆ ਗਈ ਹੈ ਤੇ ਇੰਜ ਮਗਰੂਰ ਲੱਗਾ ਹੀ ਨਹੀਂ ਲੱਗਾ ਆਪਣੇ ਘਰ ਦੇ ਵਿੱਚ ਆ ਗਈ ਨਾ ਕੋਈ ਇਜਾਜ਼ਤ ਨਾ ਕੁਝ ਹੁੰਦਾ ਹੈ ਜੀ ਬਤਮੀਜ਼ੀ ਜੀ ਪਤਾ ਨਹੀਂ ਕਨਸੈਪਟ ਕਹਿਣਾ ਹੈ ਅਨਸਾਰ ਜੋ ਇਹਨੂੰ ਕੁਝ ਇਜਾਜ਼ਤ ਉਹ ਬਿਲਕੁਲ ਇਹਨੂੰ ਫੋਨ ਦੇ ਦਿੱਤਾ ਜਿਸ ਨਾਲ ਆਪਣੇ ਘਰ ਦੇ ਵਿੱਚ ਆਈ ਮਗਰੂਰ ਸੀ ਦਿਖਾਈ ਨਾ ਹੈ ਆ ਕੇ ਬੈਠ ਜਾਂਦੀ ਹੈ ਮੈਂ ਕਿਹਾ ਮੋਮਨ ਕਹਿੰਦਾ ਹੈ ਕਿ ਤੂੰ ਇਹ ਕੀ ਮਤਲਬ ਵੇਟ ਕੋ ਆਈ ਹੈ ਫਲਾਨਾ ਮੋਮਨ ਵਾ ਜਰਾ ਕਲਾਸ ਜੀ ਲੈਂਦਾ ਹੈ ਮੋਮਨ ਨੇ ਉਹਦੀ ਕੀਤੀ ਕਲਾਸ ਜੀ ਸਾਰੀ ਕਲਾਸ ਹੱਸਦੀ ਹੈ ਅੱਜ ਤੱਕ ਕਿਸੇ ਨੇ ਮਾਇਆ ਦੀ ਕਲਾਸ ਨਹੀਂ ਲਈ ਮਾਇਆ ਦੀ ਮਾਂ ਨੇ ਵੀ ਨਹੀਂ ਲਈ ਲੋ ਜੀ ਉਹਨੇ ਲਈਤੀ ਕਲਾਸ ਮਾਇਆ ਨੂੰ ਹੋ ਗਿਆ ਪਿਆਰ ਤੇ ਟੀਚਰ ਸਟੂਡੈਂਟ ਦਾ ਦਿਖਾਣਾ ਪਿਆ ਰੋਣ ਲੱਗ ਹੈ ਹਾਂ ਹਾਂ ਸਟੋਰ ਸਾਰਨੇ ਨਹੀਂ ਕਰਨਾ ਇਹਨੂੰ ਪਿਆਰ ਹੋ ਗਿਆ ਬੱਚੀ ਨੂੰ اچھا ਬੱਚੀ ਘਰ ਗਈ ਹੈ ਫਿਰ ਬੱਚੀ ਦੀ ਜਿਹੜੀ ਮਾਂ ਦਿਖਾਈ ਉਹ ਬਦਨਸੀਬ ਮਾਂ ਜਿਹੜੀ ਹੈ ਵਿਚਾਰੀ ਮੇਰੇ ਅੱਖਾਂ ਚਾਂਸ ਹੋ ਆ ਗਏ ਉਹ ਜਿਹੜੀ ਜਿਹੜੀ ਮਦੀ ਮਾਇਆ ਦੀ ਮਾਂ ਹੈ ਉਹ ਹਰ ਡਰਾਮੇ ਚ ਹਰ ਡਰਾਮੇ ਚ ਉਹਦੀ ਬੱਚੀ ਐਡੀ ਕ ਬਦਤਮੀਜ਼ ਹੁੰਦੀ ਲੋਕੀ ਕਹਿੰਦੇ ਬੱਚੀ ਨੂੰ ਛੱਡੋ ਮਾਂ ਚ ਪੇਡ ਮਾਰੋ ਜਿਹਨੇ ਆਪਣੀ ਲਾੜ ਨੂੰ ਤਮੀਜ਼ ਨਹੀਂ ਸਿਖਾਈ ਉਹ ਕਿਉਂ ਕਹਦੇ ਨਸੀਬ ਕਿ ਹਰ ਬਦਤਮੀਜ਼ ਬੱਚੀ ਜਿਹੜੀ ਹੁੰਦੀ ਹੈ ਜਿਹੜੀ ਕਿਸੇ ਦਾ ਕਾਬੂ ਚ ਨਹੀਂ ਆਂਦੇ ਲੋਕੀ ਰस्सियां ਪਾਉਂਦੇ ਨੇ ਕਿ ਬਦਤਮੀਜ਼ ਉਸ ਕੰਨਾ ਉਸ ਬੱਚਿਆਂ ਉਹ ਉਹਨਾਂ ਦੇ ਮਾਨਸਿਕ ਰੋਹ ਹੁੰਦੀ ਹੈ ਲੋ ਜੀ ਦੂਸਰਾ ਦਿਨ ਆ ਗਿਆ ਮੁੰਡਾ ਉਹਨੂੰ ਨਾ ਪਿਆਰ ਹੋ ਗਿਆ ਨਾ ਕਿ ਹਾਈ ਲੈ ਮਗਰੂਜ਼ ਜਾਂ ਫਲਾਣਾ ਇਹ ਵੋ ਸਾਰ ਸਾਰ ਨਾਲ ਪਿਆਰ ਹੋ ਗਿਆ ਦੂਸਰੇ ਦਿਨ ਨਾ ਕੀ ਕਰਦੀ ਏ ਸੋਨ ਐਡੀ ਮੁਸ਼ਕਿਲਾਂ ਹੁੰਦੀ ਏ ਲਾਰਮ ਲਾ ਕੇ ਸਭ ਤੋਂ ਪਹਿਲੇ ਕਾਲਜ ਚਲ ਜਾਂਦੀ ਏ ਉਹਦੇ ਨਾਲ ਜਿਹੜਾ ਮੂਮਨ ਆਪਣੀ ਮੋਟਰਸਾਈਕਲ ਖੜੀ ਕਰਦਾ ਪਿਆ मूमन मोटरसाइकिल खड़ी करता पे तो सलाम वैकम कर दी है। कहने मैं सबसे पहले आ गई मेरी कला लो जी सर फिर बिस्ती कर देता क्यों सर खला ये बड़े फखर न दस नहीं पई है कि तू अज सब तो पहले आ गई पहले कद नहीं सी आई ऐसी फखर की गल है बदतमीज सिर्फ आग दा दिन आ गई हूँ होर प्यार हो गया ए बच्चा ने पैगाम दिता कि जेड़ा कुछ कुछ चाहती वो बिस्ती करो बिस्ती करोगे ठुडे मारोगे कुी तो ना प्यार करेगी ਗੋਹਰ ਮਰ ਮਰ ਜਾਂਦਾ ਪਿਆ ਗੋਹਰ ਤੇ ਇਕੱਲੇ ਪਾਈ ਜਾਣ ਦੀ ਸਾਰ ਨੂੰ ਕਹਿੰਦੀ ਕਿ ਮੈਂ ਤੇਰੀ ਨਾਲ ਸਾਡੀ ਰਵਾਇਤ ਹੈ ਜੀਏ ਕਲਾਸ ਦੀ ਨਾਲ ਸਾਰਨ ਜਿਹੜੋ ਕਿ ਨਵਾਂ ਉਸਤਾਦ ਆਦਾ ਸੀ ਉਹਦੀ ਵੈਲਕਮ ਪਾਰਟੀ ਕਰੀਦੀ ਏ ਤੇਰੀ ਮੈਂ ਕਰਨੀ ਸਾਰ ਮੰਨ ਗਿਆ ਪਲੀਜ਼ 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 ਸਾਰ ਮੰਨ ਗਿਆ ਸਾਰ ਮੰਨ ਗਿਆ ਤੇ ਉਹ ਨਹੀਂ ਦੇਚਾ ਉਹਨ ਪਤਾ ਚੱਲ ਗਿਆ ਗੋਹਰ ਨੂੰ ਕਿ ਸਰ ਦੀ ਪਾਰਟੀ ਕਰਦੀ ਗੋਹਰ ਨਾਸਾਂ ਫਲਾ ਫਲਾ ਕੇ ਜਾਂਦਾ ਉਹ ਕਹਿੰਦਾ ਕੰਬਖਤ ਮਾਰੀਏ ਨਗੋੜ ਮਾਰੀਏ ਇਹ ਕੀ ਕਰਨ ਦੀ ਹੈ ਬਿਸ਼ਰਮੇ

ਤੂੰ ਕਲਾਜੀ ਸਤ ਤੋਂ امیر ਲੜਕੀ ਨੂੰ ਫਸਾਣਾ ਚਾਹ ਰਿਹਾ ਉਹਦੀ ਦੌਲਤ ਆ ਕਰਕੇ ਉਹ ਕਹਿੰਦਾ ਮਮੂਨ ਕਹਿੰਦਾ ਮੇਰੀ ਬਿਸਤੀ ਮਮੂਨ ਕਹਿੰਦਾ ਜੋ ਕੀ ਆਪਣੇ ਮੋਟਰਸਾਈਕਲ ਕਾਰ ਆ ਜਾਂਦਾ ਬੈਠ ਕੇ ਫਿਰ ਉਹ ਫੋਨ ਕਰਦੀ ਮਾਇਆ ਮਾਇਆ ਦੀ ਨਾ ਜਾਂਦਾ ਪਾਰਟੀ ਤੇ ਮਾਇਆ ਇੰਤਜ਼ਾਰ ਕਰਦੀ ਪਈ ਮਾਇਆ ਫੋਨ ਕਰਦੀ ਮਾਇਆ ਕਹਿੰਦੀ ਸਾਰ ਦੱਸੋ ਇਹਦਾ ਵੀ ਦੂਸਾ ਦੀ ਜੀ ਮੈਨੂੰ 90s ਦੀ ਵੀ ਬਾਲੀਵੁੱਡ ਫਿਲਮ ਲੱਗ ਰਹੀ ਏ ਦੱਸੋ ਦੂਸਾ ਦੀ ਨੀ ਹਮੇਸ਼ਾ ਪਟੇਲ ਕੀ ਮੋਮਨ ਦਾ ਦੂਸਰਾ ਦਿਨੇ ਕਾਲੀਆਂ ਯੂਨੀਵਰਸਿਟੀ ਚ ਦੱਸੋ ਇਹਦਾ ਨੰਬਰ ਜਿਹੜਾ ਮਾਇਆ ਕੋ ਕਿਸ ਤਰ੍ਹਾਂ ਪਹੁੰਚਿਆ ਵੀ ਕਹਿ ਰਹੋ ਮਾਇਆ ਨੇ ਕਿਸ ਤਰ੍ਹਾਂ ਫੋਨ ਕਰ ਲਿਆ ਮਾਇਆ ਨੇ ਫੋਨ ਕਰ ਲਿਆ ਅੱਛਾ ਮਾਇਆ ਬੱਚੀ ਦਾ ਮਨ ਗੈਟਅਪ ਬਹੁਤ ਅੱਛਾ ਲੱਗਾ ਪਰ ਮੈਨੂੰ ਇਹ ਨਹੀਂ ਸਮਝ ਆਈ ਮਾਇਆ ਨੇ ਨਾ ਨਵੀਂ ਗੱਡੀ ਲਈਏ ਆਪਣੀ ਨਈਂ ਗਾੜੀ ਕੀ ਦਾਅਵਾ ਦਿੱਤੀ ਸਭ ਦੋਸਤੋਂ ਕੋ ਦਾਅਵਾ ਦਿੰਦੀ ਏ ਬੱਚੀ ਉੱਥੇ ਵੀ ਹਾਰ ਹੂਲ ਪਾ ਕੇ ਤਿਆਰ ਹੋ ਕੇ ਗਈ ਹੋਵੇ ਹੁਣ ਆਈ ਸੀ ਬੱਚੀ ਕਾਲਜ ਜਾਂਦੀ ਏ ਤੱਜ ਵੀ ਬੱਚੀ ਨੇ ਹਾਰ ਪਾਇਆ ਹੋਇਆ ਜ਼ਿਆਦਤੀ ਮਾਡਰਨ ਕਪੜੇ ਪਾ ਰਹੀ ਹੈ ਡਨ ਹਾਰ ਨਹੀਂ ਪਾਣਾ ਚਾਹੀਦਾ ਜੇ ਪਾਰਟੀ ਦੇ ਵੀ ਹਾਰ ਪਾਇਆ ਤੇ ਇੱਥੇ ਹੀ ਹਾਰ ਪਾਇਆ ਅੱਛਾ ਮੋਮਨ ਕਹਿੰਦਾ ਮੈਂ ਤੇਰੀ ਪਾਰਟੀ ਤੇ ਆਣਾ ਫਲਾਣਾ ਇਹ ਉਹ ਮੋਮਨ ਆਪਣੇ ਘਰ ਚਲਾ ਗਿਆ ਅੱਛਾ ਹੁਣ ਨਾ ਆਸ਼ੀ ਕਹਿੰਦੀ ਏ ਉਹਦੀ ਆਸ਼ੀ ਦੀ ਮਾਂ ਕਹਿੰਦੀ ਏ ਕਿ ਸੀ ਨਾ ਮੋਮਨ ਦੀ ਜਿਹੜੀ ਆਸ਼ੀ ਅਸਲ ਮਿਡਲ ਕਲਾਸ ਸੇ ਦਿਖਾਈ ਸਾਰੀ ਏ ਸਾਰੇ ਮਿਡਲ ਕਲਾਸ ਨੇ ਅੱਛਾ ਮੇਦਵਾਂ ਤਾਂ ਬੜੇ ਅਮੀਰ ਸੇ ਬੋਲੋ ਪਤਾ ਨਹੀਂ ਸਾਰੇ ਮਿਡਲ ਕਲਾਸ ਨੇ ਤੇ ਸਾਰੇ ਖਾਨਦਾਨ ਚ ਨਾ 14ਵੀਂ ਦਾ ਚੰਦ ਹੈਗਾ ਜੀ ਜਿਵੇਂ ਬਾਬਖ਼ਤ ਬੰਦੇ ਆ ਜਿਵੇਂ ਬਾਬਖ਼ਤ ਆ ਜਿਵੇਂ ਬਾਬਖ਼ਤ ਤੇ ਮੱਲਾ ਵੀ ਮਰਦਾ ਖਾਨਦਾਨ ਵੀ ਮਰਦਾ ਸਾਰੇ ਮਰੀ ਜਾਂਡ ਟੋਂ ਟੁੱਟ ਕੇ ਲਾਸ਼ਾਂ ਡਿੱਗਦੀਆਂ ਪਈਆਂ ਇਧਰ ਉਧਰ ਉਹਦੀ ਮਾਂ ਕਹਿੰਦੀ ਸ਼ਬੀਰ ਜਾਨ ਨੂੰ ਉਹ ਸ਼ਬੀਰ ਨਾਲ ਖਾਲੂਏ ਮੂਮਨ ਦਾ ਕੈਦੀ ਕਿੱਥੇ ਨਾ ਮੁਬਾਰਕ ਬਾਦ ਦੇਣ ਵਾਸਤੇ ਜਾਣੀ ਉਹ ਕਹਿੰਦਾ ਪਤਾ ਨਹੀਂ ਕਾਦੀ ਚੀੜੀ ਚੀੜੀ ਹਰ ਵਕਤ ਕਹਿੰਦਾ ਐਂ ਜੀ ਫਲਾਣਾ ਇਹ ਉਹ ਬਾਹਰੋਂ ਮਾਨ ਜਾਂਦਾ ਲੋ ਜੀ ਹੁਣ ਉਹਥੇ ਮੁਬਾਰਕ ਬਾਦ ਦੇਣਗੇ ਉਹਥੇ ਗਏ ਨੇ ਤੇ ਜਾਂਦੇ ਸਾਰੇ ਮੂਮਨ ਜੱਫੀ ਭਾਈ ਹਲੇ ਚਿੜਦਾ ਹਰ ਵਕਤ अपने खालू अच्छा सलाम किता जप्फी पाइए हाले खालू चिड़दा है कहें अच्छा चिड़द चिड़दे खालू मैं तो चलावा मस्जिद चम दे बाद ना अबा अब असी करनी बाद जमा नमाज पढ़नी खालू नहीं लाए ए नहीं कर अलामिया ने कहा है कि जो मैं भी अंज करनी मैं अज तक कहीं नमाज मैं नहीं छी हाँ अगर मेहमान आ जाए हकूकुल बाद हकूक तो बहुत अगे मुन की गल तो चंकी नहीं तो दिखाई ਮੁਮਨ ਅਜ਼ਾਨ ਤੇ ਚਲ ਮੌਲਵੀ ਨੇ ਤੁਸੇ ਦੇ ਲੈਣੀ ਸੀ ਹੁਣ ਜੇ ਕਿਹੜਾ ਜਿਹੜਾ ਖਾਲੂਏ ਦੁਨੀਆ 'ਚ ਅੱਧੇ ਲੋਕ ਨਮਾਜ਼ ਪੜਦੇ ਤੇ ਨਹੀਂ ਵੀ ਪੜਦੇ ਐ ਤਾਂ ਖਾਲੂ ਨੂੰ ਤੁਸੀਂ ਜ਼ਰੀਲ ਕੀਤਾ ਨਾ ਖਾਲੂ ਨਮਾਜ਼ ਨਹੀਂ ਪੜਦਾ ਹਮ ਉਹੀ ਗੱਲ ਹੋਈ ਪਹਿਲੇ ਮੁਮਨ ਚਲਾ ਗਿਆ ਖਾਲੇ ਚਾਹ ਵੀ ਨਾ ਪੀਤੀ ਉਹਦਾ ਬਾਬ ਚਲਾ ਗਿਆ ਖਾਲੂ ਚੜ ਗੁੱਸਾ ਗਿਆ ਖਾਲੂ ਕਹਿੰਦਾ ਐ ਕੀ ਘਰੋਂ ਦਾ ਆਪਣੀ ਬੋੜੀ ਦੀ ਬਿਸਤਰੀ ਕਰਦਾ ਕਹਿੰਦਾ ਖੋ ਲਜਾਮਾ ਉਹਨਾਂ ਦਾ ਕ ਇੱਕ ਚਲਾ ਗਿਆ ਮੈਂ ਚਲਾਵਾਂ ਅਜ਼ਾਨ ਦੇਨ ਵਾਸਤੇ ਦੂਸਰਾ ਚਲਾ ਗਿਆ ਨਮਾਜ਼ ਪੜਨ ਵਾਸਤੇ ਤੂੰ ਮਲ ਜਾ ਕੇ ਜ਼ਰੀਲ ਕੀਤਾ ਉਹ ਫੇ ਕਹਿੰਦੀ ਹੈ ਕਿ ਨਹੀਂ ਸਾਡਾ ਵੀ ਗਲਤ ਟਾਈਮ ਸੀ ਕਿ ਅਸੀਂ ਗਲਤ ਟਾਈਮ ਤੇ ਚੱਲ ਗਏ ਉਹਨਾਂ ਦਾ ਅਜ਼ਾਨ ਦਾ ਟਾਈਮ ਸਾਡਾ ਸੀ ਤੇ ਨਮਾਜ਼ ਦਾ ਟਾਈਮ ਸੀ ਤੇ ਉਹ ਫਿਰ ਆਸ਼ੀ ਦੱਸ ਦਿਓ ਨੂੰ ਮੁਹੰਮਦ ਨੂੰ ਕਿ ਅੱਬਾ ਤੇ ਨਾਰਾਜ਼ ਜੀ ਹੁੰਦੇ ਪਏ ਨੇ ਤੇ ਅੱਬਾ ਨਾਲ ਸੌਰੀ ਕਰਨ ਵਾਸਤੇ ਆ ਗਿਆ ਅਸੀਂ ਖਾਲੂ ਦੀ ਬੇਟੀ ਉਹ ਖਾਲੂ ਦੀ ਬੇਟੀ ਫਿਰ ਮੁਹੰਮਦ ਆ ਜਾਂਦਾ ਸੌਰੀ ਕਰਨ ਵਾਸਤੇ ਉਹਦਾ ਖਾਲੂ ਉਹਦੀ ਸੌਰੀ ਕੋਈ ਨਹੀਂ ਲੈਂਦਾ ਖਾਲੂ ਕਹਿੰਦਾ ਦਫਾ ਦੂਰ ਮਗਰ ਲੱਤ ਚੁੱਲ੍ਹੇ ਹੀ ਪੈ ਅੱਛਾ ਲੋ ਜੀ ਨਾਸ਼ਤਾ ਹੋਣ ਡਿਆ ਏ ਇੱਕ ਪਾਸੇ ਸਾਰੇ ਮਿਡਲ ਕਲਾਸ ਲੋਗ ਨੇ ਤੇ ਮਤਲਬ ਤੇਜ਼ੀਬ ਤੇ ਤਮਦਨ ਵਾਲੇ ਮੋਮਨ ਗਿਆ ਤੇ ਮੋਮਨ ਉਸ ਤੇ ਵੇਲੇ ਆਸ਼ੀ ਆਪਣੇ ਪਿਓ ਦੇ ਸਾਹਮਣੇ ਉਹਨ ਛੱਡਣ ਵਾਸਤੇ ਬਾਹਰ ਚਲ ਗਈ ਬਾਹਰ ਜਾ ਕੇ ਉਹਨ ਕਹਿੰਦੀ ਹੈ ਹੈਂਡਸਮ ਨੌਜਵਾਨ ਜਾ ਹੋ ਤਾਂ ਕੁਛ ਨਹੀਂ ਕਾ ਜੀ ਤੂੰ ਫੋਨ ਕਰਦੀ ਕਿ ਕਹਿੰਦੀ ਜੀ ਤੂੰ ਇੰਨਾ ਹੈਂਡਸਮ ਹੈ ਤੇ ਪਲੀਜ਼ ਕਦੀ ਐ ਵੇਸ ਕੋਡ ਦੇ ਬਗੈਰ ਨਾ ਜਾਇਂ ਕਿਉਂ ਇਹਦੇ ਚ ਥੋੜਾ ਥੋੜਾ ਲੱਗਣਾ ਹੈ ਕਿ ਉਸਤਾਦ ਹੈ ਨਹੀਂ ਤੇ ਤੂੰ ਉਸਤਾਦ ਤੇ ਲੱਗਦਾ ਹੀ ਨਹੀਂ ਫਿਰ ਅੱਗੇ ਮੈਂ ਤੋ ਪਹਿਣਾ ਸੀ ਯਾਰ ਪਹਿਣਾ ਕਹਿੰਦੀ ਆਪੱਚ ਕਹਿੰਦੀ ਆ ਪਹਿਣਾ ਆਪਣੇ ਪਹਿਣਾ ਫੈਸਾ ਇਹਦੀਆਂ ਮੋਮਨ ਦੀਆਂ ਪਹਿਣਾ ਕਹਿੰਦੀਆਂ ਨੇ ਫੋਇ ਲਫਰ ਅਸਰ ਅਜਿੱਦ ਚੁੱਟੀ ਮਦਾ ਯੰਗ ਤੇ ਜਵਾਨ ਹੈ ਕਿ ਲੋਕੀ ਯਕੀਨ ਕਰਦੇ ਹੋਣਗੇ ਕਿ ਕੀ ਇਹ ਲੈਕਚਰ ਆ ਰਹੀ ਹੈ ਉਹਨਾਂ ਸ਼ੱਕ ਪੈਂਦੇ ਆ ਸਾਡੇ ਭਰਾ ਨੂੰ ਕਿ ਲੈਕਚਰ ਸਮਝਦਾ ਬਲੇ ਮਜੰਗ ਦਿਖਾਇਆ ਫੈਸਲ ਕਟ ਸੀ ਕਰਕੇ ਉਹ ਯੰਗ ਦਿਖਾਇਆ ਕਿ ਮਲਬਲੇ ਸਮਝ ਉਹਨੇ ਯੂਨੀਵਰਸਿਟੀ ਜਮਤ ਜੋ ਵੀ ਮਲਬਲੇ ਪਾਸ ਕੀਤਾ ਸਾਥੀ ਪੇਪਰ ਫੜਿਆ ਰਿਜ਼ਲਟ ਕਾਰਡ ਤੇ ਨਾਲ ਹੀ ਜੀ ਯੂਨੀਵਰਸਿਟੀ ਦੇ ਲੈਕਚਰਰ ਬਣਨ ਵਾਸਤੇ ਆ ਗਿਆ ਕਿ ਸਭ ਨੂੰ ਗਾ ਕੇ ਉਹ ਲੱਗਦੇ ਨਹੀਂ ਹੁੰਦਾ ਸਾ ਸਾਬ ਹਬ ਇਹ ਯਹੀ ਹੈ ਕਿ ਇਸ ਵਿੱਚ ਜੈਸੇ ਮੁਆਸ਼ੀ ਔਰ ਉਹ ਪਿਆਰ ਕਰਤੇ ਹਨ ਉਹ ਮੋਮਨ ਐਡਾ ਨੇਕ ਬੱਚਾ ਦਾ ਹੈ ਕਿ ਇੱਟਾਂ ਵੀ ਉਹਦੀ ਗੁਆਈ ਦਿੰਦੀਆਂ ਨੇ ਆਪਣੀ ਮਾਂ ਨਾਲ ਵੀ ਗੱਲ ਕਰਦਾ ਬੱਚਾ ਅੱਖਾਂ ਚੁਕਦਾ ਬੈ ਅੱਗੇ ਜਾ ਕੇ ਜਿਹੜਾ ਉਹ ਐਸਟੀ ਦਹਾਂਦੇ ਨੇ ਇਸ ਵਿੱਚ ਜੋ ਆਛੀ ਉਸ ਵਿੱਚ ਉਸ ਲੜਕੀ ਨੇ ਜੋ ਪਿਆਰ ਅੰਦਾਜ਼ਨ ਕਰਨੇ ਲੱਗ ਗਈ ਆ ਮਾਇਆ ਮਾਇਆ ਨੂੰ ਫਸਾਣਾ ਕਰਨਾ ਇਹ ਉਹ ਸਾਰਾ ਕੁਝ ਚਲੋ ਲੇਕਿਨ ਆਨਦੋਲਾ ਕੋ ਪਹਿਲੇ ਐਪੀਸੋਡ ਕਿਸੀ ਲਗੀ ਅੱਛਾ ਲੱਗ ਰਹਾ ਮਾ ਬੁਰਾ ਲੱਗਾ ਠੀਕ ਲੱਗਾ ਅੱਛਾ ਥਾ ਠੀਕ ਹੈ ਹਾਂ ਕਿਉਂਕਿ ਆਗੇ ਕੀ ਕਹਾਣੀ ਸੀ ਉਸ ਵਿੱਚ ਫੈਸਲ ਇਸਕੇ ਪਿੱਛੇ ਪੜਾਵਾ ਥਾ ਉਹ ਫੈਸਲ ਕੋ ਨਾਲ ਆਪਸੰਦ ਕਰਤੀ ਸੀ ਬੱਚੀ ਮਾਇਆ ਦਿਖਾਈ ਗਿਆ ਇਸ ਨਾਮ ਕਹਾਤਾ

आगे बढ़ते हैं बात करते हैं एक और नया ड्रामा सीरियल लॉन्च हुआ इस हफ्ते जिसका नाम है बेबसी तो बेबसी की पहली एपिसोड कैसी रही इस दिल से बेबसी ये वो ड्रामा है मैंने पहली एपिसोड देखी तो साफ पता चल गया कि यतीम ड्रामा क्या <laughs> एक ड्रामा यतीम क्यों इको ये यतीम ड्रामा तो यहां मैं कह रही हूं कि कोई फलाने चीज वो अपने ऐप नु लुकावन वास्ते बार-बार काले थानो नु सफेद करवासे आवे क कूड़ा इसी छिड़ दंदे ने ए इननो आ भी पता हमबा लेया सा ड्रामा ऐसा यतीम ड्रामा है कि लगता मेहनत की नहीं गई पहले तो मैं जो दाते नहीं दे सारा किस ड्रामा दा, फला ड्रामा आ रहा नहीं आ रहा सुन। ना, एंजाया, ना, <laughs> पता ना चले लोगों क्या अब ड्रामा आना अगे लोगों का पता ही नहीं कि ड्रामा आ रहा एड्डी खमोशी का ड्रामा दिता लो जी <laughs> ड्रामे जी पहला सीन में पहला सीन दिखाया इसमें श एजाज है वसीम बास की बीवी है उसकी तो बेटियां ਪਹਿਲਾ ਸੀਨ ਦਿਖਾਇਆ ਉਹ ਨਾ ਮਿਰਚਾਂ ਛੱਤ ਤੇ ਪਾਣ ਲਈ ਐਸ ਸੀਨ ਮੈਂ ਇੰਡੀਆ ਦੀ ਫਿਲਮਾਂ 'ਚ ਦੇਖਿਆ ਪਿੰਡਾਂ 'ਚ ਨਾ ਪਿੰਡਾਂ ਦੇ ਵਿਚਾਰੇ ਖਰੀਬ ਜਿਹੋ ਹੁੰਦੇ ਨੇ ਉਹ ਮਿਰਚਾਂ ਸਾਰੇ ਖਾ ਲਾਰ ਕੇ ਨਾ ਉਹਨਾਂ ਨੇ ਮਿਰਚਾਂ ਪੀਛ ਨਹੀਂ ਹੁੰਦੀ ਐਡੀ ਦਿਖਾਈ ਉਹਨੇ ਨੇ ਮਿਰਚਾਂ ਸਾਰੇ ਖਾ ਲਈ ਇਹ ਤਾਂ ਸ਼ੁਰੂਆਤ ਹੋਈ ਏ ਸਾਰੇ ਕੱਪੜੇ ਲਾਂ ਲਈਏ ਫੋਲੇ 'ਤੇ ਕੱਪੜੇ ਅੱਛਾ ਕੱਪੜਿਆਂ ਸੱਚ ਪੋਲਣ ਲਈਏ ਉਹਦੇ ਬਾਅਦ ਕੀ ਦਿਖਾਇਆ ਐ ਧਾਇਨੇ ਮਿਡਲ ਕਲਾਸ ਦੇ ਲੋਕ ਸਾਹਮਣੇ ਛੱਤ 'ਤੇ ਦੱਸੋ ਉਹ ਤਾਂ ਮਿਰਚਾਂ ਖਲਾਰ ਰਹੀ ਐ ਸਾਹਮਣੇ ਛੱਤ ਦੇ ਦੋ ਔਰਤਾਂ ਕੁਰਸੀ ਤੇ ਮੇਜ਼ ਦੇ ਕੋਲ ਬੈਠੀਆਂ ਐ ਸੀਨ ਮੈਚ ਕੀਤਾ ਉਸ ਮੁਹੱਲੇ 'ਚ ਇੱਕ ਮਿਰਚਾਂ ਫੋਲਣ ਲਈ ਐ ਇੱਕ ਦੋ ਬੈਠੀਆਂ ਚਾਹ ਪੀਣੇ ਤੇ ਮਜ਼ਾਕ ਖੁਣਾ ਨਹੀਂ ਉਹ ਔਰਤਾਂ ਮਿਰਚਾਂ ਨਿਕਾ ਕਿਹੜੀਆਂ ਮਿਰਚਾਂ ਕਰਨ ਲਈ ਆਪਣੇ ਕੱਪੜੇ ਫੋਲਣ ਲਈ ਇਹ ਮਜ਼ਾਕ ਵਾਲੀ ਕਿਹੜੀ ਗੱਲ ਸੀ ਚਾਹ ਪੀਣੀਆਂ ਪਈਆਂ ਸੰਡੀਆਂ ਉਹ ਦੇਖ ਕੇ ਉਸ ਬਾਅਦ ਦੂਸਰਾ ਸੀਨ ਇੱਕ ਬੱਚੀ ਫਸ ਕਿਆ ਇੰਨੀ ਪਸੀ ਪੈਂਟ ਉਹਦੀ ਇੰਨੀ ਵਲਗਰ ਪੈਂਟ ਉਹਦੀ ਇਹ ਨੀ ਦੱਸਾਂਗੇ ਹੈ ਨੀ ਦੱਸਾਂ ਨਾ ਨਹੀਂ ਨਹੀਂ ਫਸੀ ਵਲਗਰ ਦੀ ਪੈਂਟ ਪਾ ਕੇ ਇੰਨੀ ਕ ਕਮੀਜ਼ ਪਾ ਕੇ ਇੰਨੀ ਕ ਕਮੀਜ਼ ਇੱਥੇ ਤੱਕ ਕਮੀਜ਼ ਇਹ ਨਾ ਵਾਰਨ ਕਰਕੇ ਨਾ ਐ ਐ ਤੇ ਡਾਂਸ ਕਰਨ ਲੱਗੀ ਡਾਂਸ ਕਰ ਕਰ ਦੂਰੀੋਂ ਦੇ ਮਾਂ ਕਹਿੰਦੀ ਮਾਂ ਦੀ ਕਮਰ ਜਮਾ ਗਦੀ ਨਾ ਖਤੀਓ ਇਹ ਕੀ ਤੁਸੀਂ ਡਾਂਸ ਕਰਨ ਨਹੀਂ ਹੋ ਫਲਾਨਾ ਕਰਦੀਆਂ ਪਈਆਂ ਇੱਕ ਤਰੀਕਾ ਫਲਾਨਾ ਇਹ ਉਹ ਤੇ ਉਹਦਾ ਮਾਂ ਕਹਿੰਦੀ ਨੇ ਖਤੇ ਤੂੰ ਦਸਾ ਕੱਪੜੇ ਕਿ ਲੀਤੇ ਕਹਿੰਦੀ ਮੈਂ ਆਪਣੇ ਦੋਸਤ ਕੋਲੋਂ ਲੈਣੇ ਮਾਂ ਕਹਿੰਦੀ ਕੱਪੜੇ ਲੈ ਮੈਂ ਕੱਪੜਿਆਂ ਨੂੰ ਅੱਗ ਲਾਵਾਂ ਦੱਸੋ ਉਸ ਬੱਚੀ ਨੇ ਡਾਂਸ ਕਰਨਾ ਸੀ ਡਾਂਸ ਕਰ ਲੈ ਮੈਂ ਸਿਰਫ ਇਹ ਗੱਲ ਦੱਸੋ ਉਹ ਨੇੜੇ ਵਲਗਰ ਕੱਪੜੇ ਪਵਾ ਕੇ ਡਾਂਸ ਕਰਵਾਉਣਾ ਕੀ ਮਤਲਬ ਪੈਂਟ ਵਲਰ ਕੀ ਹੋਗਾ ਪੈਂਟ ਤੇ ਸ਼ਰਟ ਲੈ ਵੇ ਦੇਖੀ ਬੇਟਾ ਮੈਂ ਐਵੇਂ ਵਲਗਰ ਕਹਿਤਾ ਪੈਂਟ ਪਾਦੀ ਉਹਨੇ ਇੰਨੀ ਜਸਤ ਪੈਂਟ ਪਾਈ ਸੀ ਫਸ ਗਈ ਪੈਂਟ ਪੈਂਟ ਪਾ ਲਈ ਫਿਰ ਪੈਂਟ ਨਾਲ ਸ਼ਰਟ ਥੋੜੀ ਲੰਬੀ ਪਾ ਲੈਂਦੀ ਉਹਦਾ ਇਹ ਜਿਹੜੀ ਬੈਲਟ ਨਹੀਂ ਹੁੰਦੀ ਪੈਂਟ ਦੀ ਉੱਥੇ ਤਾਂ ਕੋਈ ਨਜ਼ਰ ਆ ਨਹੀਂ ਸੀ ਇੰਨੀ ਸ਼ਾਰਟ ਕਮੀਜ਼ ਪਾਈ ਹੋਈ ਸੀ ਫਿਰ ਜੋ ਸਾਰਾ ਮਾਹੌਲ ਦਾ ਆਇਆ ਸੀ ਅੱਛਾ ਜਨਾਬ ਉਹ ਚਲ ਗਈ ਔਰ ਆਮਨ ਬੱਚੀ ਦਾ ਨਾਮ ਯਾਦ ਹੋ ਗਿਆ ਨਾ ਬੱਚੀ ਬਹੁਤ ਵੀ ਬਤਮੀਜ਼ ਦਿਖਾਈ ਨੀਲੀ ਨਾ ਇਹਦਾ ਫਸੀ ਪੈਂਟ ਵਾਲੇ ਦਾ ਅੱਛਾ ਜਨਾਬ ਉਹਦੇ ਬਾਅਦ ਫਿਰ ਐਕਟਰ ਕੌਣ ਹੈ ਐਕਟਰ ਕੌਣ ਹੈ ਐਕਟਰ ਉਹ ਹੀ ਉਹ ਮੈਂ ਪਤਾ ਨਹੀਂ ਨਾ ਕਹਿਣਾ ਕਿ ਨਹੀਂ ਕਹਿਣਾ ਉਹ ਉਹ ਉਹਦੀ ਵੀ ਖਲੀ ਸਾਰੀ ਆਵਾਜ਼ ਹੈ ਇਹ ਸਮਝ ਗਏ ਮੈਂ ਅੱਗੇ ਫਰੰਦੋ ਇਸ਼ਲ ਪਿਆਜ਼ ਅੱਛਾ ਅੱਛਾ ਉਸਕੇ ਬਾਅਦ ਆ ਅਗਲਾ ਸੀਨ ਅਗਲਾ ਸੀਨ ਦਿਖਾਇਆ ਹੈ ਦੋ ਪਾਗਲ ਬੁੱਢੇ ਲੱਗਣਾ ਜੀ ਟੀਮドラマ ਦੋ ਪਾਗਲ ਬੁੱਢੇ ਇੱਕ ਵੋਲਟੇਜ ਬੈਠੇ ਨੇ ਹੋਟਲ ਕਿਠਾ ਬਾ ਵਿਚਾਰੇ ਦੋਗਰੀ ਬਾਅਸਤੇ ਇਹੇ ਸ਼ਹਿਰਾਂ ਚ ਆਂਦੇ ਮਜ਼ਦੂਰੀਆਂ ਕਰਨ ਮਜ਼ਦੂਰੀਆਂ ਕਰਾਂਦੇ ਵਿਚਾਰਾਂ ਕੋ ਰੋਟੀ ਨਹੀਂ ਹੁੰਦੀ ਵਿਚਾਰੇ ਉਹ ਘੋਟੇ ਚੱਕ ਰੋਟੀ ਖਾਂਦੇ ਨੇ ਤੇਰੀ ਗਰੀਬ ਜੇ ਗੰਦੇ ਮੰਦੇ ਜੀ ਵਿਚਾਰੇ ਬੈਠੇ ਪੇ ਜੱਗ ਛਾਬੀਆਂ ਜੀਆਂ ਪਈਆਂ ਵਿਚਾਰੇ ਰੋਟੀ ਖਾਂਦੇ ਦੋ پاਗਲ ਬੁੱਢੇ ਬੈਠੇ ਤੇ ਖਾਣਾ ਖਾਂਦੇ ਨੇ پاਗਲ ਬੁੱਢੇ ਕਿਉਂ ਕਿਆ ਖਾਣਾ ਖਾਂਦੇ ਕਹਿੰਦੇ ਕਹਿੰਦੇ ਕਿੱਡਾ ਮਜ਼ੇਦਾਰ ਖਾਣਾ ਸੀ ਉਹ ਵਿਚਾਰੇ ਬਾਦਨ ਜਿਹੜੇ ਪਿੰਡਾਂ ਚੋਂ ਆਏ ਨੇ ਵਿਚਾਰੇ ਕੰਮ ਕਰਨ ਵਾਸਤੇ ਵਿਚਾਰੇ ਕਿ ਮਜਬੂਰੀ ਲਈ ਖਾਂਦੇ ਨੇ ਖਾਣਾ ਕੀ ਖਾਣਾ ਮਜ਼ੇਦਾਰ ਹੈ ਨੇ ਕਿੰਨਾ ਮਜ਼ੇਦਾਰ ਖਾਣਾ ਥਾ ਇੱਕ ਮੋਰੀ ਬੀਵੀਆਂ ਪਕਾਉਂਦੀਆਂ ਇਤਨਾ ਬਦ ਜ਼ੈਕਾ ਖਾਣਾ ہماری ਮਾਂਏ ਪਕਾਤੀ ਥੀ ਮਾਮਾ ਕਬਰ ਚੋਂ ਉੱਠ ਕੇ ਆ ਜਾਣ ਕਿ ਯਾਦ ਕਿਤੇ ਕੀਤਾ ਉਸ ਫੋਟੋ ਦੇ ਗੰਦਾ ਮੰਦਾ ਖਾਣਾ ਖਾ ਕੇ ਆਕੜੀਆਂ ਮੀਆਂ ਰੋਟੀਆਂ ਖਾ ਕੇ ਉਥੇ ਯਾਦ ਕੀਤਾ ਕਿ ਸਾਡੀ ਮਾਵਾਂ ਕਿੱਡਾ ਅੱਛਾ ਖਾਣਾ ਬਣਾਉਂਦੀਆਂ ਸੀ ਮੈਨੂੰ ਸਾਡੀਆਂ ਬੁੱਢੀਆਂ ਦਾ ਸਲੀਕਾ ਹੀ ਨੇ ਅੱਛਾ ਜੀ ਜਨਾਬ ਉਹਦੇ ਬਾਅਦ ਨਾ ਆ ਗਿਆ ਸੀਨ ਹੁਣ ਅਲੀਜੇ ਵਾਲਾ ਅਲੀਜੇ ਦਾ ਦਿਖਾਇਆ ਉਹ ਮੁੰਡਾ ਨਾ ਨਵਾਂ ਹੈ ਮਿਹਰਬਾਨ ਉਹਦਾ ਯਾ ਅਯਾਜ਼ ਬੱਚਾ ਬਣਿਆ ਨਾ ਕੋੰਜਾ ਉਹ ਬੱਚਾ ਹੈ ਹੁਣ ਉਹ ਦਿਖਾਇਆ ਬੱਚੇ ਨਾ ਬੱਚਾ ਨਾ ਖਬਰ ਦਬੜ ਨਸਦਾਨਾ ਜੂਸ ਪੀਂਦਾ ਪਿਆ ਨਾਸ਼ਤਾ ਵੀ ਨਹੀਂ ਕੀਤਾ ਉਸ ਬੱਚੇ ਨੇ ਨਾਸ਼ਤਾ ਨਹੀਂ ਕੀਤਾ ਤੇ ਜਲਦੀ ਜਲਦੀ ਯੂਨੀਵਰਸਿਟੀ ਚਲਾ ਗਿਆ ਤੇ ਮਾਂ ਪਿਓ ਤਾਂ ਪਤਾ ਚੱਲਦਾ ਗੱਲਾਂ ਕਰਦੇ ਨੇ ਕਿ ਐਡੀ ਜਲਦੀ ਇਹਦੀ ਚਲਾ ਗਿਆ ਤੇ ਯੂਨੀਵਰਸਿਟੀ ਵੀ ਖਤਮ ਹੋ ਗਈਏ ਕਿੱਥੇ ਗਿਆ ਐਡੀ ਜਲਦੀ ਠੀਕ ਹੈ ਯੂਨੀਵਰਸਿਟੀ ਹੋ ਗਿਆ ਤੇ ਉਹ ਅਲੀਜ਼ੇ ਦਾ ਪ੍ਰੇਮੀ ਹੈ ਲੋ ਜੀ ਉਹ ਬੱਚੇ ਨੇ ਨਾਸ਼ਤਾ ਨਹੀਂ ਕੀਤਾ ਉਹ ਯੂਨੀਵਰਸਿਟੀ ਚਲਾ ਗਿਆ ਹੈ ਅਲੀਜ਼ੇ ਆਈਏ ਪਹਿਲਾਂ ਉਹ ਨਾ ਥੋੜਾਕ ਲੇਟ ਹੋ ਗਿਆ ਤੇ ਅਲੀਜ਼ੇ ਆਪਣੇ ਪਹਿਲੇ ਪੀਰੀਅਡ اٹینڈ ਕਰਨ ਚਲ ਗਈਏ اٹینڈ ਕਰਕੇ ਆਈਏ ਤੇ ਉਹਨ ਕਹਿੰਦਾ ਅਲੀ ਜ਼ੈਨੂ ਕਿ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੂੰ ਅਟੈਂਡ ਕਰਨ ਚੱਲ ਗਈ ਸੀ ਆ ਜਾ ਗੱਲਾਂ ਕਰੀ ਨਾਲ ਕਹਿੰਦਾ ਮੈਂ ਨਾ ਨਾਸ਼ਤਾ ਨਹੀਂ ਕੀਤਾ ਨਾਸ਼ਤਾ ਵਗੈਰੇ ਕਹਿੰਦੀ ਮਰ ਦਫਾ ਉਹ ਖੱਲਾ ਤੇਰੀ ਸ਼ਕਤ ਮੈਂ ਤੇ ਨਾ ਨਾਸ਼ਤਾ ਕਰਾਂ ਮੈਂ ਆਪਣੀ ਕਲਾਸਾਂ ਨਾਲ ਜੁਆਇਨ ਕਰਾਂ ਦੱਸ ਤੂੰ ਕਲਾਸ ਅਟੈਂਡ ਕਰਨਾ ਚਾਹੀਨੀ ਉਹ ਬੱਚਾ ਨਾਸ਼ਤਾ ਛੱਡ ਕੇ ਨਸਿਆ ਨਸਿਆ ਆਂਦੇ ਨਹੀਂ ਐ ਸੀਂ ਤੇਰੇ ਪੱਲੇ ਪਈ ਗੱਲ ਕਿ ਜੇ ਉਹ ਤੇਰੇ ਲਈ ਨਾਸ਼ਤਾ ਛੱਡ ਕੇ ਆਇਆ ਤੂੰ ਕਿਸਾਂ ਕਹਿੰਨੀ ਵੀ ਉਹ ਨਾਸ਼ਤਾ ਛੱਡ ਕੇ ਆ ਉਹ ਤੇ ਖੱਲੇ ਬਾਗ ਚੱਲ ਗਿਆ ਆਪਣੇ ਕਲਾਸ ਅਟੈਂਡ ਕਰਨ ਵਾਸਤੇ ਬਾਹਰ ਜਿਹੜੀ ਯੂਨੀਵਰਸਿਟੀ ਸੀ ਨਾ

हूँ एलिजिया की माँ सी बेचारी को जायद बहुत सी और खावन गया मारते तो यहाँ शादी हो गई ए गरीब सदमी ये आदमी गरीब था ना अब इसके साथ शादी हो गई हुई है अलीजिया का नहीं पता कि मैं मतलब ऐसे है उसके बाद अब वसीम बस अपने घर गए घर जाके मैं कहनी हाँ अल्लाह मेरी तौबा इन्ना बेतुके डायलॉग राइटर ने लिखे ने बीवी अच्कार गया हले उत खा के होटल चाणा ਬੱਚਿਆਂ ਘਰ ਚ ਬੱਚਿਆਂ ਨੂੰ ਗੋਸ਼ ਖਾ ਸਕਦੀਆਂ ਗੋਸ਼ ਕਹਿੰਦੇ ਸਿਰਫ ਅੱਬਾ ਜੀ ਲਈ ਹੈਗਾ ਉਹ ਦੀ ਮਾਂ ਕਹਿੰਦੀ ਏ ਕਿ ਤੁਹਾਡਾ ਸਿਰਫ ਬਾਪ ਦੀ ਸਿਹਤ ਕਮਜ਼ੋਰ ਹੈ ਸਬਜ਼ੀਨ ਖਾ ਸਕਦਾ ਹਾਲੇ ਕਿ ਸਭ ਤੋਂ ਬੁੱਢਿਆਂ ਵਾਂਸੇ ਦੇਣਾ ਜ਼ਰੂਰੀ ਨਹੀਂ ਦੀ ਕਿ ਉਹ ਕੁੜੀ ਨੀਲੀ ਬਹੁਤ ਬਦਤਮੀਜ਼ ਆਈ ਉਹਨੇ ਕਹਾਂ ਮੈਂ ਵੀ ਬੋਟੀਆਂ ਖਾਵਾਂਗੀ ਅੱਛਾ ਉਹਨੇ ਫਾੜੀਆਂ ਸਾਲਾਂ ਤੇ ਉਹਦੀ ਮਾਂ ਵਾਲੇ ਬੋਲਦੀ ਬੀ ਤੇ ਉਹ ਕਹਿੰਦੀ ਹਾ ਹਾ ਮੈਂ ਤਾਂ ਖਾਵਾਂਗੀ ਉਹਦੇ ਬਾਪ ਆ ਗਏ ਜੀ ਲਈ ਆਪਣੇ ਬਾਪ ਨਾਲ ਫੁੱਲ ਬਦਤਮੀਜ਼ਾਂ ਵਾਲੇ ਅੰਦਾਜ਼ ਨਾਲ ਗੱਲ ਕਰਦੀ ਏ ਉਹ ਜਿੱਡਾ ਬਦਤਮੀਜ਼ ਆ ਆਦਮੀ ਦਿਖਾਇਆ ਉਸ ਭਾਂਜੇ ਦੀ ਥੱਪੜ ਮਾਰ ਦਿੰਦਾ ਤੇ ਜਾਂਜ ਕਰਕੇ ਸੱਲ ਦੀ ਟਰ अपने प्यो नाम मजाक उड़ाते चल गई अब रात को औरत टांगे दबा रही है अपने शोहर की शुगुफ्ता आजाद वसीम बास की टांगे दबा रही तो वसीम बास कजकल की औरतों को तुम्हारे रिश्ते को ना हकूक पता अपने ना फराइज ये किड्डी गलत राइटर कहना चाहता को अपने फराइज ही नहीं पता <laughs> हकूक तू भी अदार नहीं करता तू तो हर वक्त छोटिया मारना बेचारियों को एड्डा भेड़ा अशर करता है कि किस ਹੁਣ ਬਕਾਇਆ ਜੋ ਅਲੀਜ਼ੇ ਹੈ ਅਲੀਜ਼ੇ ਬੱਚੀ ਮੈਨੂੰ ਸਮਝ ਨਹੀਂ ਆਉਂਦਾ ਤੂੰ ਇੰਨੀ ਛੋਟੀ ਬੱਚੀ ਹੈ ਅੱਜ ਕੱਲ ਦੇ ਜ਼ਮਾਨੇ ਦੀ ਬੱਚੀ ਬੇਟਾ ਫੈਸ਼ਨ ਸੈਂਸ ਤੇਰੇ ਕੋਲੋਂ ਦੀ ਛੂਕੇ ਵੀ ਨਹੀਂ ਲੰਗੀ ਯੂਨੀਵਰਸਿਟੀ ਗਈਏ ਤੇ ਯਾਹ ਬੱਚੀ ਘਰ ਬੈਠੀ ਹੈ ਉਹਨੇ ਡਿਗਦੀਆਂ ਪਲਕਾਂ ਐਡੇ-ਐਡੇ ਲੰਮੀਆਂ ਪਲਕਾਂ ਐਡਾ ਤੇਜ਼ ਮੇਕਅਪ ਐਡੀ ਗੰਦੀ ਵਿਗ ਬੱਚੀ ਨੇ ਲਾਈ ਐ ਕੀ ਸੀ ਕਿਹੜੇ ਸਮਾਨੇ ਦੀ ਉਹ ਬੱਚੀ ਦਿਖਾਈਏ ਮੈਨੂੰ ਸਮਝ ਨਹੀਂ ਆਇਆ ਉਹ ਉਸ ਬੱਚੀ ਨੂੰ ਦੇਖ ਕੇ ਮੈਨੂੰ ਇੰਜ ਲੱਗਾ ਕਿ ਡਰਾਮਾ ਪਰ ਮੈਂ ਤਾਂ ਉਹਦੀ ਉਮਰ ਪਤਾ ਹੈ ਨਾ ਅਗਰ ਉਹ ਬੱਚੀ ਨਾ ਨਾ ਹੁੰਦੀ ਮੈਂ ਕਹਣਾ ਸੀ 10 ਸਾਲ ਪਰਾਣਾ ਕੋਈ ਡਰਾਮਾ ਕੱਢ ਕੇ ਸੰਤ ਖਾਤ ਹੈ ਜੋ ਉਹ ਬੱਚੀ ਦੇ ਕੱਪੜੇ ਤੇ ਜੋ ਉਹਦਾ ਸਾਰਾ ਕੁਝ ਅੱਜ ਕਾਦੇ ਵੀ ਗੈਰ ਕਲੀਟ ਸੋਣੀਆਂ ਲਾਣਦੇ ਆ ਤੇ ਜਦ ਵੀ ਗਨ ਲਾਣ ਤੇਰੇ ਆਪਣੇ ਐਡ ਸੋਣੇ ਵਾਲ ਉਹਨਾਂ ਵਾਲਾ ਨਾ ਤੂੰ ਕਾਲ ਯੂਨੀਵਰਸਿਟੀ ਚੱਲ ਜਾ ਕਾਲਜ ਚ ਵੀ ਗੰਦੀ ਵੀਗ ਘਰ ਚ ਵੀ ਗੰਦੀ ਵੀਗ ਸੌਣ ਲੱਗ ਵੀ ਗੰਦਾ ਮੇਕਅ ਸੌਣ ਲੱਗ ਗੰਦੀ ਵੀਗ ਉਹ ਤਾਂ ਐਟੀ ਵੀ ਬੱਚੀ ਦੀ ਮਿਆਨ ਤੇ ਬਸ ਠੀਕ ਹੀ ਐ क्या लगे आगे बढ़े आगे बढ़ते हैं वीकली ड्रामा का सिलसिला शुरू करते हैं सबसे पहले बात करते हैं ड्रामा सीरियल बदवा की तो बदुआ इस हफ्ते कैसा रहा भदुआ ड्रामा मैं कहती हूँ दुनिया का वाह ड्रामा ओद कोई हीरो हीरोन है ही नहीं क्या मतलब हीरो हीरोन होंगी टाइम ज्यादा होंगे ना बकाया तो घट ना ऐ ड्रामे च डायरेक्टर ने कहा सब का काम एक सब मैं बराबर ਕਵਾਲਿਟੀ ਬਹੁਤ ਕਵਾਲਿਟੀ ਦਿਖਾਈ ਦਿੰਦੇ ਲੋ ਜੀ ਡਰਾਮੇ ਦੇ ਹੀਰੋ ਨੇ ਵੀਰ ਅਬ ਵੀਰ ਤਾਂ ਸਮਝੇ ਡਰਾਮਾ ਸ਼ੁਰੂ ਹੋਇਆ ਅਬੀਤ ਤੇ ਕੈਮਰਾ ਆ ਗਿਆ ਭਾਈ ਨੇ ਕਿ ਅੱਛਾ ਵੀਰ ਤਨ 5 ਮਿੰਟ ਦੇ ਤੇ ਨਾਲ ਹੀ ਕੈਮਰਾ ਘੁੰਮਦਾ ਅਬੀਤ ਦੱਬੇ ਤੇ ਆ ਜਾਂਦਾ ਫਿਰ 10 ਮਿੰਟ ਅਬੀਤ ਦਾ ਬਿੰਦ ਤੇ ਜਾਂਦੇ ਨੇ ਹਰੇ ਦੁਖੀ ਹੋਇਆ ਕੱਟ ਕੈਮਰਾ ਅਬੀਤ ਦੀ ਦਾਦੀ ਚਲਾ ਗਿਆ 15 ਮਿੰਟ ਵੀਰ ਦੀ ਦਾਦੀ ਦੇ ਤੇ ਦਾਦੀ ਨੂੰ ਕੈਮਰਾ ਟੈਕ ਟੱਕ ਮੋਸਨ ਦੀ ਅਮੀ ਦੇ ਚਲਾ ਗਿਆ ਵਾਹ ਮੋਸਨ ਦੀ ਅਮੀ ਦੇ ਕੈਮਰਾ ਚਲਾ ਗਿਆ ਟੱਕ ਮੋਸਨ ਦੀ ਉਹ ਮੰਗੇਤਰ ਇਹਾਂ ਮਰ ਗਿਆ ਐ 모ਸਨ ਦੁਖੀਰਾਂ ਦੀ ਉਹਦੇ ਤੇ ਟੱਕ 모ਸਨ ਦਾ이트 ਟੱਕ 모ਸਨ ਦੇ ਸਭ ਤੋਂ ਇਕੁਅਲ ਚਾਂਸ ਮਿਲੇ ਆਪਣਾ ਟੈਲੈਂਟ ਦਿਖਾਣੇ ਦਾ ਹੈ ਸਭ ਕੋ ਇਕੁਅਲ ਚਾਂਸ ਹੈ ਕਿ ਬਰਾਬਰ ਬਕਵਾਸ ਹੈ ਕਿ ਗਿੜਾ ਹੀਰੋਇਨ ਨੂੰ ਉਹਨਾਂ ਦਾ ਤਾਂ ਕੰਮ ਆ ਘੱਟੋਂ ਜ਼ਿਆਦਾ ਦਿਖਾ ਦਿਓ ਇਸ ਡਰਾਮੇ ਚ ਮੇਨ ਜਿਹੜੇ ਅਬੀਰ ਤੋਂ ਜ਼ਿਆਦਾ ਦਿਖਾਇਆ ਗਿਆ ਜਿਹੜਾ ਨਾ ਅਬੀਰ ਦਾ ਅੱਬਾ ਤੇ ਉਹਦੀ ਦਾਦੀ ਹਰ ਸੀਨ ਉਹਨਾਂ ਸ਼ੁਰੂ ਤੋਂ ਉਹਨਾਂ ਨਾਲ ਖਤਮ ਅੱਛਾ ਤੀਨ ਕਸਤਾ ਸੰਧਾਂਦੇ ਪਈ ਸੀ ਜੁਨੇਦ ਕਹਿੰਦਾ ਸੀ ਮੇਰੀ ਨਾ ਇਨਤਕਾਮ ਲੈਣਾ ਹੈ ਨਿਯਮ ਕਰਵਾਵਾਂਗਾ औकात है पहली रात चेड़ मारनी है जो टिका लाख छिटेगा चुनी पाड़ देगा अल्लाह जाने ने की करना जद एने दिनों कहता पे ओने कमले तारीफ की कहना तुम कितना मैं कितना खुश नसीब हूँ इतनी खुश ਉਹਨੇ ਕਹਾਇਤ ਦਿੱਤਾ ਨਾ ਅੱਛਾ ਉਹਦੇ ਬਾਅਦ ਕਹਿੰਦਾ ਤੂੰ ਕਿੰਨੀ ਖੂਬਸੂਰਤ ਮੇਰੀ ਕਿਸਮਤ ਮੈਨੂੰ بیوی ਮਿਲ ਗਈ ਲੋ ਜੀ ਅਨਿਆਨ ਪਤਾ ਚੱਲਦਾ ਵੈਸੀ ਅਬੀਰ ਦੇ ਘਰ ਦਾ ਜੋ ਮਾਹੌਲ ਸੀ ਠੀਕ ਹੈ ਸਵੇਰ ਹੋਈ ਇਹ ਕਹਿੰਦੇ ਨੇ ਅਬੀਰ ਦੇ ਕੋਲ ਨਾਸ਼ਤਾ 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 ਨਹੀਂ ਆ ਕਿਉਂਕਿ ਉਹਦਾ ਅੱਬੇ ਨੇ ਤੇ ਜ਼ਬਰਦਸਤੀ ਕਿਹਾ ਸਾਬਣ ਪਤਾ ਚੱਲਦਾ ਪਿਆ ਕਿ ਇਹ ਬੱਚੀ ਜਿਹੜੀ ਹੈ ਪਿਓ ਨੇ ਜ਼ਬਰਦਸਤੀ ਪਿਓ ਨਹੀਂ ਇਸ ਚੀਜ਼ੇ ਪੁੱਛਿਆਗਾ ਸੀ ਹੁਣ ਕਹਿੰਦੇ ਨੇ ਚਲੋ 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 ਤੁਸੀਂ ਨਾ ਅਬੀਰ ਅਦੀਲ ਬੜਾਈ ਕਰਦਾ ਹੈਗਾ ਆਪਣੇ ਅੱਬਾ ਘਰ ਵਾਲਿਆਂ ਨੂੰ ਮਿਲਣ ਜਾਵੇ ਜੁਨੇਦ ਇਹਨਾਂ ਲਿਆਈਆ ਦੇ ਮੇਕੇ ਲੈ ਜਾ ਕਿਉਂਕਿ ਛ ਅਬੀਰ ਮੁਸਟੰਡੀ ਦਾ ਪਿਆਰ ਦਾ ਵਿਆਹ ਸੀ ਪਿਆਰ ਦਾ ਵਿਆਹ ਸੀ ਨਾ ਹੈ ਠੀਕ ਹੈ ਅਬੀਰ ਕੀ ਪਿਆਰ ਕੀ ਸ਼ਾਦੀ ਸੀ ਅਬੀਰ ਕਮਰੇਜ ਜਾਂਦੀ ਉਹਨ ਗੰਦੀ ਮੇਰਾ ਅੱਬਾ ਤੇ ਮੇਰੀ ਸ਼ਕਲ ਨਹੀਂ ਦੇਖਣਾ ਚਾਹੁੰਦਾ ਪਿਆ ਉਹ ਕਹਿੰਦਾ ਜਾਂ ਦਫਾ ਖੱਲਾ ਕਾਲਾ ਮੂੰਹ ਤੇਰਾ ਨੀਲੇ ਪਿਆ ਤੇ ਜੁਨੇਦ ਅਸੀਂ ਨਹੀਂ ਜਾਣਾ ਅਸੀਂ ਇੰਜ ਕਰਨੀਆਂ ਘਰਵਾਲਿਆਂ ਨੂੰ ਨਹੀਂ ਦੱਸਦੇ ਐਵੇਂ ਕਿਤੇ ਗੋਲ ਕਮੇਰਾ ਚੱਕਰ ਖਾ ਕੇ ਤੇ ਵਾਪਸ ਆ ਜਾਨੇ ਉਹਨੂੰ ਦੱਸ ਦੇ ਤਾਂ ਕਿ ਉੱਥੇ ਜਾਵਾਂ ਅੱਬਾ ਜਾਨ ਬਿਸਤੀ ਕਰੇ ਗੰਦ ਹੋਵੇ ਤੇ ਫੇਰ ਅੱਗੇ ਫੇਰ ਕਹਿੰਦਾ ਸਾਰਿਆਂ ਦੇ ਘੁੰਮੇ ਅੱਲਾ ਦਾ ਖੈਰ ਚੱਲੇ

तो अमानत इस हफ्ते कैसा रहा अमानत हो, अमानत हो। अमानत का रिव्यू करने से पहले आई थिंक बहुत जरूरी है कि हम बात करें उस पोस्ट की जो गैलेक्सी लॉलवुड पे लगी थी अम्मा ने बेसिकली एक स्टोरी की थी हमने उसकी पोस्ट बनाई गैलेक्सी पे इद्दत के हवाले से वो बात थी कि मेहर और उर्भा हुसैन की क्या निकाह हो रहा है इमरान अब्बास जरार के साथ तो अम्मा ने कहा था कि क्योंकि मेहर की इद्दत नहीं हुई वो पहले असद सदीकी की बीवी दिखाई थी तो वो गलत के ये निकाह कैसे दिखा सकते हैं काफी लोगों ने कमेंट किया और ये कहा कि यू नो शादी जब हुई थी अस्त शरीकी की कैरेक्टर की, की और उर्वासैन की कैरेक्टर की तो उसके बाद वो शादी अब उड़ने पता नहीं क्या कहते उसको मैं आप बोल लो मैं ये कहना चाहती हूँ कि इसमें हाँ महर और उसका जल... मियाँ फवाद।, अच्छा, फवाद दोनों तकरीबन दो दिन या डेढ़ दिन तो पक्का साथ रहे हैं ਡੇਢ ਦਿਨ ਸਾਥ ਰਹੇ ਨੇ ਹੁਣ ਮੀਆਂ ਬੀਬੀ ਨੇ ਦੋਨੋਂ ਸਾਨੂੰ ਹੁਣ ਕੀ ਪਤਾ ਉਹ ਡੇਢ ਦਿਨ ਚ ਕੀ ਹੋਇਆ ਤੇ ਕੀ ਨਹੀਂ ਜਾਂ ਤਾਂ ਤੁਸੀਂ ਵਜ਼ਾਹਤ ਕਰਦੇ ਫਵਾਦ ਥਾ ਜਦ ਆਪਣੇ ਦੋਸਤ ਉਹ ਦੋਸਤ ਜਿਹਨੇ ਆਪਣਾ ਪੂਰਾ ਘਰ ਹੀ ਬਰਬਾਦ ਕਰ ਲਿਆ ਇਸ ਮਨੂਸ ਮਹਿਦ ਦੇ ਪਿੱਛੇ ਫਵਾਦ ਪਿੱਛੇ ਕੀਤਾ ਯਾਨੀ ਅੱਡੇ ਜਿਗਰੀ ਦੋਸਤ ਨੇ ਉਹ ਦੋਸਤ ਦਾ ਕਹਿਣਾ ਨਹੀਂ ਪੰਦਾ ਸੀ ਯਾਰ ਸ਼ਾਦੀ ਕਿਆ ਕੀ ਅਭੀ ਤਾਂ ਤੇਰੀ ਭਾਬੀ ਕੋ ਮੈਨੇ ਹੱਥ ਵੀ ਨਹੀਂ ਲਗਾਇਆ ਕੋਸ਼ਿਸ਼ ਤਾਂ ਤੁਸੀਂ ਸਾਰ ਵਜ਼ਾਹਤ ਕਰਦੇ ਅਬ ਕਿੱਸਾ ਮਿਹਰਬਾਨੋਂ ਦਾ

पुरानी फिल्मा फूले मेरा अगर वो लोग डेढ़ दिन ये। जितना भी देर नहीं रहे दिखाया ड्रामी की पूरी कहानी यही दिखाई है साथ ही बंद मर गया है तो यहां पर इ्दत नहीं बनती इस मुझे ख्याल आया ड्रामा सीरियल खुदा मुहबत का जहां पर भी यही दिखाया था इकरा का जो कैरेक्टर होता है माही शादी होती है उसके साथ लड़के से लड़का रस्ते में मर जाता है तो इद्दत कर लो इद्दत कर लो हाँ, इद्दत कर लो हर कोई बोता रहा तुम्हारा यू नो ढक लो अपने आपको वगैरह हाँ. वगैरह तो वहां भी इद्दत दिखाई थी तो अब मुझे अगेन मेरा मजहब के हवाले बहुत ज्यादा मुझे नई नॉलेज है तो मुझे लगता है इद्दत होती है तब अम्मा ने मुझे बताई थी बात कि इद्दत ऐसे वक्त पे नहीं होती जब आपका बंदा मतलब मर जाना स्वागत से पहले ਇਸ ਡਰਾਮੇ ਮੈਂ ਅਗੇ ਮੁਝਿਰ ਬਤਾ ਕਿ ਕਿ ਸੁਹਾਗਤ ਹੋਈ ਚਲੋ ਇਸ ਡਰਾਮੇ ਚਲੋ ਇੱਜ਼ਤ ਨਹੀਂ ਮੈਂ ਕਹਿੰਦੀ ਇੱਜ਼ਤ ਨਹੀਂ ਕਿ ਪਾਸ ਰਹਾ ਦੋ ਇੱਜ਼ਤ ਨਹੀਂ ਨਹੀਂ ਚਲੋ ਜੀ ਸੋਰੀ ਇੱਜ਼ਤ ਨਹੀਂ ਹੋਈ ਬਾਹਰ ਆ ਲੋ ਬੇਸ਼ਰਮ ਲੜਕੀ ਜੇਦੀ ਖਾਤਰ ਇੱਕ ਮੁੰਡਾ ਆਪਣੀ ਜਾਨ ਤੋਂ ਚਲਾ ਗਿਆ ਉਹ ਬੇਸ਼ਰਮ ਲੜਕੀ ਕਮ ਸਕਸਮ ਇੱਕ ਮਿੰਨਾ ਤੇ ਮਨੂਸ ਕੋ ਤੇ ਜਾ ਕੇ ਉਹਨੂੰ ਦਾ ਦੇਂਦੇ ਉਹਦੇ ਗਮ ਚ ਹੀ ਦਿਖਾ ਦੇਂਦੇ ਸ਼ੋਹਰ ਦੇ ਤੌਰ ਤੇ ਨਹੀਂ ਇਨਸਾਨੀਅਤ ਦੇ ਤੌਰ ਤੇ ਕਿਉਂ ਮਰ ਗਿਆ ਉਸ ਬੱਚੀ ਨੇ ਡਰਾਮੇ ਵਾਲਨ ਪਤਾ ਚੱਲਿਆ ਤੁਸੀਂ ਪਤਾ ਕਿੰਨੇ ਘਾਟ ਦੇ ਲਗਾਏ ਨੇ ਉੱਥੇ ਜਦੋਂ ਫਵਾਦ ਮਿਲਿਆ ਸੀ ਉਹਨੇ ਕਿਹਾ ਸੀ 3 ਦਿਨ ਬਾਅਦ ਮੇਰੀ ਸ਼ਾਦੀ ਹੈ ਸਾਰੀ ਗੇਮ ਇੱਕ ਹਫਤੇ ਵਿੱਚ ਵਿਆਹ ਹੋ ਗਿਆ ਜੇ ਮਹਿਰ ਦਾ ਇੱਕ ਹੀ ਦਵਾਇਆ ਇੱਕ ਹਫਤਾ ਟੋਟਲ ਹੋਇਆ ਹੈ ਵਲੀਮੇ ਤੇ ਇਹਨਾਂ ਦਾ ਵਿਆਹ ਹੋ ਗਿਆ ਜਦੋਂ ਜ਼ੁਨੀ ਆਈ ਨਹੀਂ 8 ਨਹੀਂ ਤੇ 15 ਦਿਨ ਲਾ ਲਓ 15 ਦਿਨਾਂ ਵਿੱਚ ਇੱਕ ਔਰਤ ਖਾਮਦ ਨਾ ਲਾਓ ਜਿਸ ਬੰਦੇ ਨੇ ਤੇਲੀ ਇੰਨੀ ਕੁਰਬਾਨੀ ਦਿੱਤੀ ਹੈ ਐਸੇ ਗਲਤ ਹੀ ਨਾ ਅੱਛਾ ਚਲ ਛੱਡੋ ਇਸ ਗੱਲ ਨੂੰ ਡਰਾਮਾ ਸ਼ੁਰੂ ਹੋਇਆ ਅਮਾ ਉਹ ਨਹੀਂ ਹਰਾ ਸਕਦਾ ਕੀ ਅਮਾ ਕੋ ਮੈਂ ਕੋਈ ਹਰਾ ਨਹੀਂ ਸਕਦਾ ਲੋ ਜੀ ਡਰਾਮਾ ਸ਼ੁਰੂ ਹੋਇਆ ਮਜ਼ਾ ਆ ਗਿਆ ਮੈਂ ਕਹਿੰਦੀ ਆ ਬੱਚੇ ਜੁਨੇਦ ਤਿੰਨ ਤੇ ਸਜ਼ਾ ਡਰਾਮੇ ਦੇ ਵਿੱਚ ਪਹਿਲੀ ਕਿਸੇ ਚ ਮਿਲਣੀ ਐਸ ਕਿਸ ਵਿਆਹ ਦੇ ਬਾਅਦ ਸ਼ੁਰੂ ਹੋ ਗਈ ਜੁਨੀ ਉਹਦੀ ਬਿਸਤੀ ਕਰਦੀ ਖਾਈ ਉਹਦਾ ਸ਼ੋਹਰ ਹੈ ਜੁਨੇਦ ਕਹਿੰਦੀ ਚੁੱਪ ਸ਼ਹਿਰ ਲਾ ਦੇ ਮਨ ਤੇਰ ਵਰਗੇ ਹੱਕ ਲਾ ਕੇ ਗੱਲ ਕਰਨ ਵਾਲੇ ਵਿੱਚ ਛੱਟ ਤਵਾ ਜਾਂ ਦੂਰ ਹੋ ਜਾ ਏਡੀ ਨਫ਼ਰਤ ਖਾਈ ਜੁਨੀ ਉਹਦੇ ਮੂੰਹ ਤੇ ਸਟਾਂ ਰੱਖ ਕੇ ਮਾਰਨ ਲੱਗੀ ਸੀ ਉਹਨੇ ਕਿਸੇ ਸਟਾਂ ਚੁੱਕ ਕੇ ਪਰੇ ਰੱਖ ਲਿਆ ਉਹ ਤੇ ਪੂਰਾ ਪੂਰਾ ਜੁਨੇਦ ਕੋ ਇੰਤਕਾਮ ਲੈਣ ਦੇ ਹੀ ਹੈ ਅੱਛਾ ਦੱਸੋ ਜਿਹੜੀ ਬੱਚੀ ਏ ਮਹਿਰ ਸਾਰਾ ਕੁਝ ਮਹਿਰ ਦੀ ਕਮ ਖਮੋਸ਼ੀ ਨੇ ਕੀਤਾ ਮਹਿਰ ਦੀ ਮੇਰਾ ਦਿਲ ਕਾਦਾ ਮੈਂ ਦਵਾ ਜ਼ੁਬਾਨ ਕੱਟ ਤਾਂ ਕਿ ਮੈਨੂੰ ਵੀ ਗਿਲਾ ਨਾ ਕਿ ਬੱਚੀ ਦੀ ਤੇ ਜ਼ੁਬਾਨ ਹੀ ਨਹੀਂ ਸਾਰੀ ਦੁਨੀਆ ਬਰਬਾਦ ਕਰ ਦਿੱਤੀ ਉਸ ਕੁੜੀ ਨੇ ਕੁਛ ਇਹਨਾਂ ਨੂੰ ਪਤਾ ਕਿ ਮੈਂ ਬਰਬਾਦ ਕਰ ਦਿੱਤਾ ਸਾਰੀ ਦੁਨੀਆ ਨੂੰ ਜੂਨੀ ਜਨਾਬ ਜੀ ਕਮਰੇ ਚੋਂ ਗਈ ਏ ਅੱਛਾ ਨਾ ਸਾਰੇ ਘਰ ਨੇ ਪਤਾ ਕਿ ਜਿਹੜੀ ਮਹਿਰ ਵੇ ਤੇ ਜ਼ਰਾਰ ਦੋਨੋਂ ਮੀਆਂ ਬੀਵੀ ਨੇ ਠੀਕ ਹੈ ਜੂਨੀ ਕਮਰੇ ਚ ਆਈਏ ਜੂਨੀ ਕਮਰੇ ਚ ਆਈਏ ਜਰਾ ਡਾਇਰੈਕਟਰ ਦਾ ਗੌਰ ਕਰਨਾ ਮਿਹਨਤ ਕੀ ਕੀਤੀ ਡਾਇਰੈਕਟਰ ਨੇ ਜੂਨੀ ਕਮਰੇ ਚ ਆ ਕੇ ਕਹਿੰਦੀ ਹੈ ਚਲੋ ਮੇਰੇ ਮਾਂ ਪਿਓ ਨੇ ਨਾ ਇਹ ਸਾਰਾ ਜੋ ਇਸ ਕਮਰੇ ਚ ਟੋਟਲ ਸਮਾਨ ਹੈ ਸਾਰਾ ਮੇਰੇ ਮਾਂ ਪਿਓ ਨੇ ਦਿੱਤਾ ਚਲੋ ਨਿਕਲੋ ਇਸ ਕਮਰੇ ਚ ਬਾਹਰ ਜ਼ਰਾਰ ਨੂੰ ਤੇ ਮਹਿਰ ਨੂੰ ਕਮਰੇ ਚ ਬਾਹਰ ਕੱਢ ਦਿੰਦੀ ਹੈ ਇਹ ਸਾਰਾ ਸਮਾਨ ਮੇਰਾ ਹੈ ਮੇਰੇ ਮਾਂ ਪਿਓ ਨੇ ਦਿੱਤਾ ਤੁਸੀਂ ਨਹੀਂ ਇੱਥੇ ਹੋ ਸਕਦੇ ਠੀਕ ਹੈ ਉਹ ਬਸ ਆਂ ਦੂਸਰਾ ਦਿਨ ਦਿਖਾਇਆ ਕਿ ਫਿਰ ਜ਼ਰਾਰ ਮਿਹਨਤ ਕਰਦਾ ਪਿਆ ਸਾਰਾ ਜਿਹੜਾ ਮਹਿਰ ਦਾ ਸਮਾਨ ਹੈ ਨਾ ਆਪਣੇ ਕਮਰੇ ਚੋਂ ਜ਼ਰਾਰ ਮੁਨਤੇਕਿਲ ਕਰਵਾਉਂਦਾ ਪਿਆ। ਓ ਕਿ ਮੇਰਾ ਨਹੀਂ ਨਾ ਗਦਮ ਆਪਣਾ ਸਮਾਨ ਰੱਖਦਾ ਪਿਆ। ਯਕੀਨ ਕਰੇਗਾ। ਫਿਰ ਸਾਰਾ ਜਿਹੜਾ ਸੀਨ ਦਿਖਾਇਆ ਗਿਆ ਉਹ ਸਾਰਾ ਸਮਾਨ। ਵਿਆਹ ਆਇਆ ਹੁਣ ਮਹਿਦਾ ਤੇ ਜ਼ਰਾਰ ਦਾ। ਜੀ ਇਹ ਮਸਲੇ ਹੋ ਜਾਂਦੇ ਨਾ ਉਹਨੇ। ਇੱਕ ਟੋਟਲ ਉਹ ਹੀ ਸਿਨਰੀ, ਉਹ ਹੀ ਲੈਂਪ, ਉਹ ਹੀ ਬੈੱਡ, ਉਹ ਹੀ ਬੈੱਡ ਸ਼ੀਟ। ਤੁਸੀਂ ਇੰਨਾ ਬਵਾਲ ਦਿਖਾਇਆ ਕਿ ਜ਼ੂਨੀ ਨੇ ਕਿਹਾ ਕਮਰੇ ਨੂੰ ਖਾਲੀ ਕਰੋ। ਸੱਡੀ ਬੱਤ ਤੇ ਨਿਮਤ ਨਹੀਂ ਕਿ ਤੁਸੀਂ ਕਮਰੇ ਚੀਜ਼ਾਂ ਬਦਲ ਦਿੰਦੇ। ਉਹੀ ਕਮਰੇ ਫੇਰ ਦੁਬਾਰਾ ਕਰ ਦਿੱਤਾ। ਉਹ ਵੀ ਹਾਂ। ਅੱਛਾ ਗਲਤੀ ਹੋ ਗਈ। ਅੱਛਾ ਵਾਦੇ ਬਾਜ਼ ਜਨਾਬ ਕੀ ਹੋਇਆ। ਬਾਪ ਨੂੰ ਪਤਾ ਚੱਲ ਜਾਂਦਾ ਹੈ ਕਿ ਜਿਹੜੇ ਮਤਲਬ ਇਹਦਾ ਨਾ ਕਮਰੇ ਜਾਂਦਾ ਨਾ ਤਾਂ ਕੰਸੋਨ ਲੈਂਦਾ ਗੱਲਾਂ ਜ਼ਰਾਰ ਕਹਤਾ ਉਸਕੋ ਮਹਿਰ ਕੋ ਕਿ ਜੈਸੇ ਤੂੰ ਹਮ ਮੀਆਂ ਬੀਬੀ ਮਤਲਬ ਨਹੀਂ ਆਣਾ ਤਾਂ ਮੈਂ ਗੈਸਟ ਹਾਊਸ ਵਿੱਚ ਜਾ ਕੇ ਸੌ ਜਾਤਾ ਹੂੰ। ਪਿਓ ਕਹਿੰਦਾ ਉਹ ਛਾ ਤੂੰ ਕਹਿੰਦਾ ਬਾਪ ਮੈਂ ਆਪਕੋ ਕਹਤਾ ਤਾਂ ਰਾਸਾ ਕਿ ਕੋਈ ਤੱਲਕ ਨਹੀਂ ਫਲਾਣਾ ਇਹ ਉਹ ਆਪਣੀ ਬੀਵੀ ਕਹ ਜਾਂਦਾ ਜ਼ਰਾਰ ਦਾ ਬਾਪ ਕਹਿੰਦਾ ਇਹ ਨਾ ਅਸੀਂ ਫਟਾਫਟ ਇਹਨਾਂ ਦਾ ਵਿਆਹ ਕਰ ਦਈਏ। ਜੋ ਉਦੀ ਮਾ ਕੇ ਦੀ ਇਹ ਕੀ ਹਾਲ ਕੱਢਿਆ ਕਹਿੰਦਾ ਹਾਂ ਇਹਦਾ ਹਾਲ ਇਹੀ ਏ ਜੇ ਜ਼ੂਨੀ ਨੂੰ ਪਤਾ ਚੱਲ ਗਿਆ ਨਾ ਤੇ ਬਹੁਤ ਵਿਖੇੜੇ ਪੈਣੇ ਨੇ ਉਹਨੇ ਕਹਣਾ ਮੈਂ ਜੁਨੀਦ ਕੋ ਤਲਾਕ ਲੈ ਕੇ ਇਹਦਾ ਵਿਆਹ ਕਹਣਾ ਗੱਲ ਬੜੀ ਬਿਖਰਨੀ ਹੈ ਅਸੀਂ ਗੱਲ ਨੂੰ ਸਮੇਟ ਰਿਹਾ ਬੜੀ ਗੰਦੇ ਤਰੀਕੇ ਨਾਲ ਗੱਲ ਸਮੇਟੀ ਗਈ ਇਹ ਗੱਲ ਸਮੇਟਣ ਦੀ ਕੋਈ ਤਰੀਕਾ ਨਹੀਂ ਸੀ ਕੋਈ ਕੁਛ ਨਹੀਂ ਸੀ ਅੱਛਾ ਫੇਰ ਦੇਖੋ ਗੱਲ ਕਿ ਸਮੇਟੀ ਨਹੀਂ ਤੁਸੀਂ ਯਕੀਨ ਨਹੀਂ ਕਰੇਗਾ ਕੇ ਦੱਸੋ ਜ਼ੂਨੀ ਇੱਕ ਪੂਰੀ ਡਾਇਨਾਸੌਰ ਹੈ ਡਾਇਨਾਸੌਰ ਆਪਣੇ ਕੰਮਰੇ ਚ ਸੌਣ ਲਿਆ ਸੌਣ ਲਿਆ ਤੁਸੀਂ ਚੁੱਕੇ ਨਾ ਨਕਾਹ ਕਰ ਲੋ ਡਾਇਨਾਸੌਰ ਨੂੰ ਇਹੀ ਪਤਾ ਲਗਾ ਕੇ ਜ਼ਰਾਰ ਤੋਂ ਉਹ ਮੀਆਂ ਬੀਬੀ ਨੇ ਮੁਲਾਜ਼ਮਾ ਦਰਵਾਜ਼ਾ ਕਰ ਗਾਂਦੀ ਜਨੀਦ ਭਾਈ ਜਨੀਦ ਭਾਈ نیچے ਆ ਜਾਏ ਜ਼ਰਾਰ ਕਾ ਔਰ ਮਹਿਰ ਕਾ ਨਕਾਹ ਹੋ ਰਹਾ ਹੈ ਇਹਨਾਂ ਨੇ ਆਬੋਦਨ ਦਵਨ ਦਿੱਤੀ ਡਾਇਨਾਸੌਰ ਜੈਂਜ ਕਾ ਬੱਚ ਨਹੀਂ ਆਂਦਾ ਅੱਛਾ ਕੀ ਗਾਉਂ ਜਨੀਦ ਥੱਲੇ ਆ ਗਏ ਸਾਰਾ ਨਕਾਨ ਕੋ ਗਾਇਤ ਜ਼ੁਨੀ ਫੇ ਥੱਲੇ ਫੇਰ ਆਈ ਤਾਂ ਕਿ ਨਕਾਹ ਹੋ ਜਵੇ ਨਾ ਫੇਰੀ ਕਿਸਤ ਹਰ ਮੱਝੇ ਥੱਲੇ ਆਈਏ ਕਹਿੰਦੀ ਓਹ ਹੋ ਅੱਛਾ ਉਹਨਾਂ ਤੋਂ ਕੀ ਦੇਤੀ ਕਹਿੰਦੀ ਲੈ ਆ ਦੇਖੋ ਸਰਕਾਰ ਵਾਲਿਓ ਮੈਂ ਤੁਹਾਡਾ ਨਾਲ ਹਿੱਸਾ ਕੀ ਕਰਾਂਗੀ ਤਾਂ ਹੀ ਟਹਟ ਨਾ ਜਾਵਾਂਗੀ ਤੁਸੀਂ ਜਿਹੜਾ ਮੈਨਾਂ ਸਾਹਮਣੇ ਮੈਨਾਂ ਜੋ ਫਰਾਡ ਕੀਤਾ ਕਿ ਤੁਸ ਪਤਾ ਚੱਲ ਗਿਆ ਕਿ ਸਾਰਾ ਕੁਛ ਐ ਸੀ ਤੁਸੀਂ ਇੰਜ ਕੀਤਾ ਉਹਦੇ ਬਾਅਦ ਜਿਹੜਾ ਮਹਿਰ ਦਾ ਚਾਚਾ ਦਿਖਾਇਆ ਖਨੀ ਸਕਾ ਚਾਚਾ ਹੀ ਚਾਚਾ ਆਪਣਾ ਬਾਹਰ ਚੱਲਿਆ ਇਲਾਜ ਕਰਨ ਵਾਸਤੇ ਫਿਰ ਮੁਲਾਜ਼ਮ ਆਪਣੇ ਨੂੰ ਕਹਿ ਗਿਆ ਕਿ ਤੂੰ ਉਸ ਕੁੜੀ ਇੱਕ ਵਾਰੀ ਨਹੀਂ ਕਹਿੰਦਾ ਭਤੀਜੀ ਜਾਂ ਬੇਟੀ ਐ ਹੀ ਕਹਿੰਦਾ ਲਾਦਾ ਕੋਈ ਹਮਸਾਇਾਂ ਦੀ ਬੱਚੀ ਹੈ ਉਹਦੇ ਤੋਂ ਕਹਿੰਦਾ ਨਜ਼ਰ ਨਹੀਂ ਹਟਾਣੀ

फिरोज को पिछले एपिसोड में कहा था उसने बहरोज ने कि जहां जान साहब की मुश्किल में पड़ने वाली है तुम मुझे छोड़ के दुबई चले जाओ तो वो, भी नहीं वो बच्चा वफादार उन्होंने कहा मैं तेन के नहीं जाना जाता भी कुर्बानी दी थी अपने मालिक वास्ते भी क्या की सिला वास्तव फांसी क्यों दी गई बहरोज ने कहा कि मेरे न मेरा कोई मुलाजम शरीक नहीं गा ओन फांसी देती चलो ठीक है चलो फांसी देती उसके बाद दसो सारी जायदाद ला दीती ਜਿਹੜਾ ਐ ਸੀ ਫਾਂਸੀ ਵੀ ਲੱਗੀ ਉਹ ਗਰੀਬਾ ਗਰੀਬ ਹੀ ਮਰ ਗਿਆ ਉਹਨੇ ਕਿਹਾ ਉਹਨੂੰ ਪਰੀਜ਼ਾਦ ਨੂੰ ਕਿ ਕਿਉਂਕਿ ਤੂੰ ਡਰਾਮੇ ਦਾ ਹੀਰੋ ਐ ਪਲੀਜ਼ ਮੇਰੇ ਭਰਾ ਆਪਿੰਡੀ ਚ ਗਿਆ ਤੇ ਮੇਰੇ ਭਰਾ ਨੂੰ ਬੁਲਾ ਕੇ ਤੂੰ ਆਪਣੇ ਕੋਲ ਕਿਉਂ ਕੁਝ ਮਿਲਣਾ ਚਾਹੀਦਾ ਉਸਕੋ ਹਾਂ ਕਿਉਂ ਦੱਸੋ ਤਾਂ ਚਾਹੀ ਉਹ ਇੱਕ ਬੰਦਾ ਜਿਹੜਾ ਪਰੀਜ਼ਾਦ ਐ ਉਹ ਪੰਜ ਸਾਲ ਜੇਲ ਕੱਟ ਕੇ ਆ ਫਿਰੋਜ਼ ਵੀ ਫਿਰੋਜ਼ ਜਾਨ ਬਚਾ ਸਕਦਾ ਸੀ ਫਿਰੋਜ਼ ਨੇ ਆਪਣੇ ਮਾਲਕ ਤੇ ਜਾਨ ਦੇ ਦਿੱਤੀ ਉਹਨੂੰ ਜਾਨ ਦੇਣ ਦਾ ਸਿਲਾ ਕੀ ਮਿਲਿਆ ਪਹਿਲੇ ساری ਜ਼ਿੰਦਗੀ ਆ ਮੁਲਾਜ਼ਮ ਰਹਾ

ਇਹਦਾ ਸਵਾਲ ਹੈ ਹਾਂ ਕੀ ਮੈਂ ਬੱਲ ਬੋਲੋ ਬੋਲੋ ਕਿ ਪਰੀਜ਼ਾਦ ਬਾਹਰ ਆਇਆ ਹੈ ਬਾਹਰ ਆ ਕੇ ਫੁੱਲ ਅਮੀਰ ਸਾਰਾ ਬਹਿਰੋਜ਼ ਵਾਲੀ ਸੀਟ ਮਿਲ ਗਈ ਹੈ ਉਹਦਾ ਮੈਨੇਜਰ ਜੋ ਵੀ ਹੈ ਪਰੀਜ਼ਾਦ ਨੂੰ ਸਭ ਤੋਂ ਪਹਿਲੇ ਮੈਨੇਜਰ ਨੂੰ ਕੀ ਕਹਿਣਾ ਹੁਕਮ ਦੇਣਾ ਚਾਹੀਦਾ ਸੀ ਕੀ ਕਹਿਣਾ ਚਾਹੀਦਾ ਸੀ ਕੀ ਕੰਮ ਕਰਵਾਉਣਾ ਮੇਰੇ ਵਾਸਤੇ ਕਹ ਦੱਸ ਨਹੀਂ ਪਤਾ ਪਰੀਜ਼ਾਦ ਕਹਿਣਾ ਚਾਹੀਦਾ ਸੀ ਸਭ ਤੋਂ ਪਹਿਲੇ ਉਹਨੂੰ ਮੇਰੇ ਵਾਸਤੇ ਉਸ ਕਲੀਨਿਕ ਦਾ ਪਤਾ ਕਰ ਜਿੱਥੇ ਸਕਿਨ ਵਾਈਟਨਿੰਗ ਇੰਜੈਕਸ਼ਨ ਲੱਗਦੇ ਹਨ ਅਮਾ ਕਿਉਂ ਪਗਲਾ ਉਹ ਉਸ ਬੱਚੇ ਦਾ ਸਭ ਤੋਂ ਵੱਡਾ ਦੁੱਖ ਹੀ ਆਈ ਸੀ ਆਪਣੇ ਰੰਗ ਰੂਪ ਦਾ ਹਰ ਵਕਤ ਰੰਗ ਰੂਪ ਤੇ ਦੁਖੀ ਰਹਿੰਦਾ ਸੀ ਜਦੋਂ ਤੂੰ ਐਡਾ ਮੀਰ ਬਣ ਗਿਆ ਤੂੰ ਕਿਉਂ ਨਹੀਂ ਕਿਹਾ ਮੈਂਦੀ ਨੂੰ ਜਾ ਉਸ ਕਲੀਨਿਕ ਦਾ ਪਤਾ ਕਰ ਜਿੱਥੇ ਸਕਿਨ ਵਾਈਟਨਿੰਗ ਇੰਜੈਕਸ਼ਨ ਲਾਉਂਦੇ ਨੇ ਨਹੀਂ ਪਤਾ ਹੋਗਾ ਸੇ ਕੈਨੂ ਕਿ ਗੋਰੇ ਹੋਣੇ ਕੇ ਇੰਜੈਕਸ਼ਨ ਲੱਗਤੇ ਆਂ ਅੱਲਾ ਤੇਰੀ ਚਾਨ ਮੈਂ ਕਹਨੀ ਆ ਬੱਚਾ ਆਇਆ ਜਦੋਂ ਬਾਅਦ ਤੋ ਸਭ ਯਕੀਨ ਕਰ ਪਿਆਰਾ ਵੀ ਲੱਗਵਾਦਾ ਉਹਦੀ ਜਿਹੜੀ ਚਾਲ ਇੰਜੰਜ ਕਰਕੇ ਕਰਦਾ ਸੀ ਉਹ ਇੰਜ ਹੋ ਗਿਆ ਹਣੀ ਇਹ ਕਿਹੜੀ ਗੱਲ ਉਹਦਾ ਰੰਗ ਰੂਪ ਸੀ ਕਹਿੰਦਾ ਤੇ ਤੂੰ ਪਤਾ ਕਰ ਜਿੱਥੋਂ ਮੈਂ ਇਹਦੀ ਸ਼ਕਲ ਪਤਾ ਨਹੀਂ ਕੀ ਬਣ ਜਾਵੇ ਉਹਦਾ ਮੇਨ ਦੁੱਖ ਪਰੀਜ਼ਾਦ ਦਾ ਫੁੱਲ ਪੜਿਆ ਲਿਖਿਆ ਡੀਸੈਂਟ ਸਾਰਾ ਕੁਝ ਸੀ ਉਹਨੀ ਦੀ ਸ਼ਕਲ ਹੀ ਉਹਦਾ ਮੇਨ ਸੀ ਉਹਨੇ ਕਿਉਂ ਨਹੀਂ ਸਕਿਨ ਵਾਟਿੰਗ ਜੈਕਸ਼ਨ ਦਾ ਕਿਹਾ ਨਾ ਗਲਤ ਗਲਤ ਸਭ ਤੋਂ ਪਹਿਲੇ ਇਹ ਪਤਾ ਕਰਦਾ ਬਾਕਾਇਆ ਕੁਝ ਹੋਰ ਕਰ ਲੇਗਾ ਪਤਾ ਉਹ ਕਹੇ ਕਰ ਲੇਗਾ ਪਤਾ ਅਗੇ ਜਾ ਕੇ ਅਗਲੀ ਕਿਸੇ ਚ ਦਹਾਨਾ ਕਿ ਪਰੀਜ਼ਾਦ ਦੇ ਮੈਨੇਜਰ ਸਭ ਤੋਂ ਪਹਿਲੇ ਉਸ ਕਲੀਨਿਕ ਦੀ ਟਾਈਮ ਲਿਆ ਆਪਣੇ ਲਈ ਪਰੀਜ਼ਾਦ ਲਈ ਪਰੀਜ਼ਾਦ ਮੁਕੰਮਲ ਇੱਕ ਚੇਂਜ ਹੋਈ ਹਾਂ ਲੇਕਿਨ ਅਮਾ ਕੀ ਬਾਤ ਮੈਂ ਥੋੜਾ ਥੋੜਾ ਗੀ ਕਰ ਰਿਹਾ ਮੈਂ ਸ਼ਕ ਮਜ਼ਾਕ ਹੈ ਬਾਤ ਅਮਾ ਨੇ ਕੀਆ ਹੈ ਕਿ ਜਦ ਬੰਦਾ ਅਮੀਰ ਥਾ ਬੰਦਾ ਆਪਣੇ ਉਹ ਜੋਤੇ ਕਮੀਆਂ ਜੋ ਦੁੱਖੋਂ ਦਾ ਪੂਰਾ ਕਰਦਾ ਉਸ ਦਾ ਦੁੱਖ ਥਾ ਹੀ ਹੈ ਹੈਨਾ ਹਾਲਿਓ ਕਹਿੰਦਾ ਨਹੀਂ ਸੀ ਕਿ ਮੈਨੂੰ ਮਾਰ ਦੇਈ ਤੇ ਮੇਰੀ ਲਾਸ਼ ਨੂੰ ਮਸਕ ਕਰ ਦੇਈ ਉਹਦੀ ਉਹਦੀ ਦੁਖੀ ਸਿਰਫ ਆਪਣੀ ਸ਼ਕਲ ਦਾ ਸੀ ਵਿਚਾਰੇ ਨੂੰ ਤੇ ਮਨ ਉੱਥੇ ਨਹੀਂ ਹੋਗਾ ਨਾ ਆਈਡੀਆ ਕਿ ਮੈਂ ਸ਼ਕਲ ਨੂੰ ਥੋੜਾ ਆਪਣਾ ਬਦਲ ਸਕਦਾ ਹਾਂ ਮੈਂ ਹੈ ਉਸ ਆਈਡੀਆ ਨਹੀਂ ਹੋਗਾ ਕਿ ਇਹ ਸਹੀ ਦਾ ਡਰਾਮਾ ਦਿਖਾਇਆ ਕਿ ਜਿਹੜਾ ਪਤਾ ਇਨ ਕੀ ਦਕੀ ਹੋ ਜਾਂਦਾ ਹਾਂ ਤੇ ਫਿਰ ਦੱਸੋ ਡਰਾਮੇ ਚ ਪਨ ਭਈਆ ਥੋ ਤੁਰਿਆ 5 ਸਾਲ ਜੇਲ੍ਹ ਚ ਰਿਹਾ ਆਪਣ ਭਈਆ 5 ਸਾਲ ਚ ਕਰਾਚੀ ਨਹੀਂ ਆ ਸਕਿਆ ਭੈਣ ਨੂੰ ਗਿਆ ਸੀ

बड़ा अजीब सा था इस तरह और मतलब वो पूरी कंपनी का बॉस बन गया वो खाली बॉस आपने उर्दू के दो डायलॉग तो नहीं मान रहे ना बस आपने के शेर उशारी करनी होती पता नहीं ये कर दो वो को तो काम भी तो करना पड़ता ना तो वो कैसे वो बंदा जो कुछ पता भी नहीं था वो।, वो इतनी बड़ी कंपनियों को कैसे संभालेगा क्या करेगा खैर जो भी है इंजॉय किया ना आगे बढ़े फिर आगे बढ़ते हैं और बात करते हैं मोहब्बत दा की सूरत की तो मोहब्बत दा की सूरत इस हफ्ते कैसा रहा हाय अल्लाह मोहब्बत दा की सूरत ਪਹਿਲਾ ਸੀਨ ਡਾਇਰੈਕਟਰ ਬੱਚਿਆ ਤੂੰ ਇੰਨੀ ਜ਼ਿਆਦਾ ਐਕਸਟਰਾ ਮਿਹਨਤ ਕਰ ਲੈਣਾ ਤੇ ਮਿਹਨਤ ਕਰਕੇ ਤੂੰ ਆਪ ਹੀ ਫਸ ਜਾਣਾ ਪਹਿਲਾ ਸੀਨ ਇਸ ਵਿੱਚ ਸ਼ਿਜਰਤ ਆਪਣੇ ਐਸੇ ਨਫਰਤ ਸੇ ਆਪਣੇ ਬਾਜ਼ੂ ਹੱਥ ਧੋ ਰਹੀ ਹੈ ਮਲ ਰਹੀ ਹੈ ਨਫਰਤ ਨਾਲ ਕਿਉਂ ਨਫਰਤ ਨਾਲ ਬੰਦਾ ਉਹਦਾ ਜਿਹਦਾ ਧਾਨ ਦੇ ਨੇ ਕਿ ਕਿਸੇ ਨੇ ਇੱਜ਼ਤ ਲੁੱਟੀ ਹੈ ਤੇ ਹਾਇ ਨਫਰਤ ਨਾਲ ਬੰਦਾ ਧੋਂਦਾ ਕਿਸ ਤਰ੍ਹਾਂ ਆਪਣੇ ਹੱਥ ਪੈਣਾ ਨਫਰਤ ਨਾਲ ਧੋਂਦੀ ਪਈ ਉਹਦਾ ਤੇ ਦੁਨੀਆ ਵਿੱਚ ਆ ਗਲਤ ਕਵੇ ਖੁਦਾ ਦੇ ਨਾਲ ਚੀਜ਼ ਗਲਤ ਨਾ ਗਾ ਸ਼ਰੀਅਤ ਦੇ ਤੋਤੇ ਤੋਂ ਨਕਾਹ ਹੋ ਗਿਆ ਹੋਇਆ ਪਲਕਾਂ ਚਪਕਦੀ 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 ਆ ਗਈ ਬਾਹਰ ਲੋ ਜੀ ਆ ਪੂਰੀ ਐਪੀਸੋਡ ਸਾਡ ਯਹੀ ਕੰਮ ਬਧਾਨੰਗੀ ਜਰਾ ਕਛੇਦ ਕਰੇ ਛੀ ਹੋਏ ਸ਼ਿਜਾ ਨੂੰ ਬਚਾਉਣ ਵਾਲਾ ਹੋ ਜਾ ਖਾਇ ਕੁਸ਼ਾਨ ਜੀ ਦੀ ਗੱਲ ਹੋਣੀ ਹੈ ਹੇ ਕੀ ਬਣੇਗਾ ਉਹਦੀ ਮਾਂ ਕਹਿੰਦੀ ਦੁੱਧ ਕਹਿੰਦੀ ਮੈਂ ਨਹੀਂ ਪੀਣਾ ਹੋਏ ਮੈਂ ਮਰਦੇ ਮੈਂ ਕੱਲਾ ਦੁੱਧ ਕਹਿੰਦੀ ਨਹੀਂ ਪੀਣਾ ਇਹਨੇ ਦੁੱਧ ਪੀਣਾ ਉਲਟੀ ਆਣੀ ਖਾਇ ਮੇਰੇ ਅੱਲਾ ਕੁਛ ਵੀ ਨਹੀਂ ਹੋਇਆ ਜਨਾਬ ਕੁਛ ਵੀ ਨਹੀਂ ਆਦਾ ਪਤਾ ਕਿੰ ਚੱਲਿਆ ਸ਼ਿਜਰਤ ਨੂੰ ਖਾਂਸੀ ਆ ਰਹੀ ਹੈ ਐਡੀ ਭੈੜੀ ਖਾਂਸੀ ਠੀਕ ਨਹੀਂ ਹੋ ਰਹੀ ਉਹਦੀ ਛੋਟੀ ਗਜ਼ਨ ਆ ਕੇ ਕਹਿੰਦੀ ਹੈ ਸ਼ਿਜਰਤ ਆਪੀ ਆਪ ਕੋ ਟੀਵੀ ਨਾ ਹੋ ਗਈ ਹੋ ਖਾਂਸੀ ਸੇ ਹਾਂ ਖਾਰਜੀ ਨਹੀਂ ਨਾ ਭਈ ਖਾਂਸੀ ਤਾਂ ਹਸਪਤਾਲ ਦਿਖਾਇਆ ਹੁਣ ਛੀਜੇ ਤਾਂ ਹਸਪਤਾਲ ਆਪਣੀ ਟੀਵੀ ਦਿਖਾਣੇ ਕੇ ਲਈ ਗਈ ਹੈ ਠੀਕ ਹੈ ਉਹਦੇ ਡਾਕਟਰ ਨੂੰ ਕਹਿੰਦੀ ਕਹਿੰਦੀ ਡਾਕਟਰ ਚੈੱਕ ਕਰ ਦਈਏ ਡਾਕਟਰ ਮਾਸ਼ਾਅੱਲਾ ਡੀ ਜ਼ਹੀਨ ਕਿ ਡਾਕਟਰ ਨੂੰ ਚੈੱਕ ਕਰਨ ਵਾਲੀ ਪਤਾ ਚੱਲ ਗਿਆ ਖਾ ਲਾ ਕਿ ਉਹਨੇ ਤਾਂ ਕਿਹਾ ਸੀ ਮੈਂ ਟੀਵੀ ਤੇ ਮੇਰੀ ਪਸਲੀਆਂ ਦੁਸਦੀਆਂ ਡਾਕਟਰ ਬਾਹਰ ਆ ਗਈ ਡਾਕਟਰ ਨਾਮ ਸਾਈ ਸੀ ਡਾਕਟਰ ਕਹਿੰਦੀ ਸ਼ਿਜਤ ਨੂੰ ਕਿ ਸ਼ਿਜਤ ਮੈਂ ਤੇਰੀ ਸ਼ਾਦੀ ਦਾ ਤਾਂ ਪਤਾ ਤਾਂ ਰੁਕਸੀ ਦਾ ਪਤਾ ਹੀ ਨਹੀਂ ਚਲਾ ਹਾਂ ਤਾਂ ਕਹਤੀ ਕਬ ਇਹ ਹੋਇਆ ਇਹ ਖੁਸ਼ਖਬਰੀ ਮੁਬਾਰਕ ਹੋ ਸ਼ਿਜਤ ਆਪਣੀ ਮਾਂ ਤੱਕ ਦੇ ਅੰਮੀ ਅੱਬਾ ਮਨੀ ਜੀ ਵਤੋ ਆ ਕੀ ਗੁਲਖਣਾ ਹਰਤਾ ਇਹ ਐਡੀ ਮਸੂਮ ਬੱਚੀ ਦਿਖਾਈ ਏ ਚੱਕ ਤੂੰ ਕਰਾਨ ਗਈ ਅੰਦਰ ਖੁਸ਼ਖਬੀ ਤੇਰੀ ਰੁਕਸਤ ਕਹਿੰਦੀ ਪਈ ਆਪਣੀ ਮਾਂ ਧੱਕਣ ਢਈ ਏ ਉਹਨੂੰ ਪਤਾ ਚੱਲਦਾ ਨਹੀਂ ਪਿਆ ਕਿ ਮੇਰੀ ਗੱਲ ਹੁੰਦੀ ਪਈ ਏ ਫਿਰ ਫੁੱਲ ਪਰੇਸ਼ਾਨ ਫਿਰ ਡਾਕਟਰ ਖੁੱਲ ਕੇ ਦੱਸਦੀ ਨਾ ਗੋੜ ਮਰੀ 4 ਮਹੀਨੇ ਹੋ ਗਏ ਤੂੰ ਤੂੰ 4 ਮਹੀਨੇ ਹੋ ਗਏ ਤੇਰਾ ਤੂੰ ਪ੍ਰੈਗਨੈਂਟਵੇਂ ਮਾਂ ਬੇਹੋਸ਼ ਹੋ ਗਈ ਮਾਂ ਫਿਰ ਡਾਕਟਰ ਚੈੱਕ ਕਰਦੀ ਏ ਉਸ ਵਾਰ ਜਨਾਬ ਜਿਹੜਾ ਸਾਰਾ ਅੱਤਮੱਲਾ ਬੈਠਾ ਮੱਲੇ ਸੁਣ ਲਿਆ ਸ਼ੀਜਦ ਮੱਲੇ ਦੀ ਖੂਬੀ ਗਈ ਏ ਸ਼ਿਜਾਤਲੇ ਬੈਠੀ ਪਈਏ ਸਾਰੇ ਮੁੱਲ ਜਗਲ ਪਤਾ ਚਲ ਗਈ ਸ਼ਿਜਤ ماں ਬਣ ਵਾਲੀ ਸ਼ਿਜਤ ماں ਬਣ ਵਾਲੀ ਲੋਜੀ ਸ਼ਿਜਤ ਨੂੰ ਘਰ ਜਾਣ ਲਈ ਤੇ ਸ਼ਿਜਤ ਮਿਆਂ ਜੀ ਜਾਣਦੀ ਡਾਇਰੈਕਟਰ ਨੇ ਕੀ ਕੀਤਾ ਚੱਦਰ ਉਹਦੀ ਕਿਤੇ ਸੀਤ ਲੁੱਥੀ ਅੱਗੇ ਵੀ ਲੱਥੀ ਪਈਆਂ ਜੀ ਕਹਿੰਦੇ ਸਹੇਲੀ ਤੇਰਾ ਬੈਂਕ ਪੰਨ ਲੁੱਟ ਗਿਆ ਆਇਨਾ ਤੋੜ ਦੇ ਸਾਰੀ ਹੋਈ ਪੋਜੀਸ਼ਨਾਂ ਜਾ ਰਹੀ ਹੈ ਇਹ ਕੀ ਹੈ ਭਲਾ ਦੁਨੀਆਂ ਦੇ ਨਜ਼ਰ ਜੀ ਬੁਰਾ ਹੈ ਪਰ ਹੈ ਤੇ ਸ਼ਰਈ ਤੌਰ ਤੇ ਸਹੀ ਹੈ ਅੱਛਾ ਜਨਾਬ ਉਹ ਘਰ ਆ ਗਈਏ घर आ गए उदाया जी जनाब उस तो पहले वाला सीन सी अफाक बच्चा बाप नहीं बन सकता दुनिया में आम पचास केस ऐसे होंगे जिसमें मियाँ बीवी माँ बाप नहीं बनते तो ये होता है कि अल्लाह की दे किस वक्त हो जाएगी ये होता है यहाँ बीवी में बीवी भी ठीक है खामन भी ठीक होता है अल्ह की तरफ से देर होती है हूँ बाप हकीम की दुकान पर गया तो अफाक के दोस्त ने देख लिया अफाक के दोस्त किस तरह पता चल गया बाकी गया अफाक का दोस्त चल जाता अफाक को कह अफाक ਅਫਾਕ ਦੇ ਕੋਲ ਜਾ ਕੇ ਭਾਬੀ ਕਿੰਨੀ عظیم ਸਾਰਾ ਗੁਨਾਹਗਰ ਤੂੰ ਪਾਪੀ ਤੂੰ ਤੇਰਾ ਚਪਾਤੀ ਦੇਈ ਭਾਬੀ ਨੇ ਬਾਪ ਮੈਂ ਕਹਿੰਨੀ ਚੰਗਾ ਹੁੰਦਾ ਅਫਾਕ ਉਸ ਟਾਈਮ ਆਪਣੇ ਦੋਸਤ ਖਤਮ ਹੀ ਕਰ ਦਿੰਦਾ ਦੋਸਤ ਬੇਤੁਕੀ ਇੰਨੀ ਬਕਵਾਸ ਅੱਛਾ ਜ਼ਬਾਨਾ ਅਫਾਕ ਆਪ ਘਰ ਆ ਰਹਾ ਅਫਾਕ ਆ ਰੰਦਾ ਪਿਆ ਤੇ ਸਾਰਾ ਮੱਲਾ ਛਿਜਰਤ ਵਾਸਤੇ ਉਹ ਪੁਕਾਰ ਮੱਚੀ ਸਾਰਾ ਮੱਲਾ ਮਤਲਬ ਨਾ ਹੋਇਆ ਪਿਆ ਅਫਾਕ ਹੁੰਦਾ ਇੰਨਾ ਮਤਲਬ ਇਹ ਦੁਖੀਆ ਸੀ ਸੀ ਵਿਚਾਰਿਆਂ ਬੱਚਾ ਹੁੰਦਾ ਪਿਆ ਇਨਾ ਨੀ ਉਸੀ ਨੂੰ ਮਜ਼ਾਕਿਆ ਬਣਾਤਾ ਆ ਕੇ ਛੁਪ ਜਾਂਦਾ ਕਿਚਨ ਚ ਵਾਹ ਕਹਿੰਦੀ ਕਰਕੇ ਕਿ ਸਾਰਾ ਮੱਲਾ ਮੇਤੇ ਹੱਸਦਾ ਪਿਆ ਉਹ ਅੱਕ ਜਿਹੜਾ ਛੁਪਦਾ ਤੇ ਵਿਚਾਰਾ ਕੰਬਦਾ ਪਿਆ ਕਿ ਮੈਂ ਮਤਲਬ ਦੁਨੀਆ ਸਾਰਾ ਸਾਹਮਣੇ ਇਸ ਗੁਰੂ ਮੈਂ ਸਾਹਮਣਾ ਕਿਵੇਂ ਕਰੂੰ ਤੇਰੇ ਪਤਾ ਚੱਲਦਾ ਕਿ ਬਾਪ ਕਹਿੰਦਾ ਮੈਂ ਹਕੀਮ ਕੋਲ ਸੀ ਫਿਰ ਮਾਂ ਕਹਿੰਦੀ ਕਿ ਮੇਰਾ ਪੁੱਤਰ ਕੰਬਣ ਡਿਆ ਮਾਮੀ ਕਹਿੰਦੀ ਤੂੰ ਨਾ ਕੰਬ ਐ ਸਾਰਾ ਮੱਲਾ ਸ਼ਿਜਰਤ ਵਾਸਤੇ ਆਇਆ ਪਿਆ ਸ਼ਿਜਰਤ ਗੁਨਾਹਗਾਰ ਕਹਿੰਦਾ ਅੱਛਾ ਸ਼ਿਜਰਤ ਵੇ ਉਹ ਜਿਵੇਂ ਤਾਕਤ ਆਈ ਭੁੱਲ ਜਾਂਦਾ ਕਿ ਮੈਂ ਪਹਿਲੇ ਲੁਕਣ ਡਿਆ ਥਾ ਦੱਪਣ ਮਾਰਦਾ ਸ਼ਿਜਰਤ ਦੇ अच्छा अब सारे मामी वगैरह सॉरी मामी नहीं सॉरी मामू वगैरह सबका यही है कि सना ने इस तरह किया जब पहले नहीं ऐसा करना चाहिए था चलो खैर निकला वाह एक मामी, सी। के? मामी थी मामी कहंची दसया दा बाप कौन <laughs> <laughs> है assi sanan nu ki kawange jadon ohi mami khendi na assi sanan nu ki kawange chijjan nu phir pata chalda ho hai bachcha te sanan da pehle chijjan kuch pata chijjan karan ke vaki bachcha keda hai o khendi sanan nu kawange chijjan kamre ch gayi hai ਸ਼ਿਜਾਦ ਦੇ ਮਾਂ ਸੁੱਤੀ ਪਈ ਸ਼ਿਜਾਦ ਕਮਰੇ ਚ ਗਈ ਸਕੰਦੇ ਸ਼ਿਜਾਦ ਕੋ ਫੋਨ ਨਹੀਂ ਸ਼ਿਜਾਦ ਨੇ ਡੱਬਾ ਖੋਲ੍ਹਦੀ ਸ਼ਿਜਾਦ ਕੋ ਅਗਾ ਸੀ ਆਈਫੋਨ ਦਿੱਤਾ ਐਸ ਗਿਫਟ ਫਿਰ ਸਨਾਨ ਨੇ ਇੱਕ ਬੰਦਾ ਜਿਹਦੇ ਘਰ ਚ ਟੈਲੀਫੋਨ ਹੀ ਨਾ ਹੋਵੇ ਤੂੰ ਹੋਵੇ ਵੀ ਆਈਫੋਨ ਆਈਫੋਨ ਤੇ ਆਮ ਬੰਦਾ ਖੋਲ ਹੀ ਨਹੀਂ ਸਕਦਾ ਸ਼ਿਜਾਦ ਦੇ ਘਰ ਟੈਲੀਫੋਨ ਹੀ ਨਹੀਂ ਸੀਗਾ ਸ਼ਿਜਾਦ ਨੇ ਡੱਬਾ ਕੱਢਿਆ ਫੋਨ ਕੱਢਿਆ ਸੂਈਆਂ ਵਾਲਾ ਡੱਬਾ ਖੋਲ੍ਹਿਆ ਸੂਈ ਕੱਢੀ ਖੋਲ ਖੁਲ ਕੇ ਫੋਨ ਤਿਆਰ ਕਰ ਲਿਆ ਕਿਉਂ ਤਿਆਰ ਕਰ ਲਿਆ ਉਹ ਨਹੀਂ ਸੀ ਮਗਰ ਸਾਰਾ ਕੁਝ اچھا اچھا ਉਹ ਡੱਬਾ ਪੂਰਾ ਬੰਦ ਪੇਪਰ ਚੂਨਾ ਪਾੜ ਫੋਨ ਕੇ ਕੱਢਿਆ ਇੱਕ ਹੁੰਦਾ ਨਾ ਫੋਨ سیم ਪਾ ਕੇ ਉਹਨੇ ਦਿੱਤਾ ਹੋਏਗਾ ਐਂਜ ਨਹੀਂ ਸੀਗਾ ਪੂਰੇ ਡੱਬਣ ਸਾਰਸ ਨੇ ਪੂਰਾ ਨਵਾਂ ਡੱਬਾ ਪੈਕੋਲ ਪੜੀ ਸੀ ਲੜਕੀ ਮੈਂ ਉਹਨੇ ਇਤੀ ਟੋਪਰ ਲੜਕੀ ਹੈ ਉਹ ਬੇਟਾ ਟੋਪਰ ਲੜਕੀ ਇੱਥੇ ਹੀ ਨਹੀਂ ਪਤਾ ਸੀਐਸਐਸ ਕੀ ਹੁੰਦਾ ਉਹ ਮੁਸਲ ਸਲ ਮੁਕਾਬਲੇ ਦਾ ਇਮਤਿਹਾਨ ਕਹਿੰਦੀ ਭਈ ਅੱਜ ਫਿਰ اچھا ਉਸ ਬਾਅਦ ਨਾ ਫੋਨ ਕਰਦੀਏ ਤੇ ਉਹਨੇ ਉਹ ਲਾਇਆ ਹੁੰਦਾ ਹੈ ਹੈੱਡਫੋਨ ਉਹ ਫੋਨ ਪਿਆ ਹੁੰਦਾ ਹੈ ਹਨ ਫਿਰ ਉਹ ਨਹੀਂ ਸੁਣਦਾ ਲੋ ਜੀ ਇਹ ਤਿੰਨ ਚਾਰ ਵਾਰ ਫੋਨ ਕਰਦੀਏ ਫੋਨ ਕਰਦੀ ਵੀ ਤੇ ਫੁੱਲ ਕਬਰਾਈ ਅੱਖਾ ਚਪਕਾਈ ਜਾਣ ਲਈਏ ਅੱਛਾ ਰਾਤ ਦਾ ਟਾਈਮ ਹੈ ਕਿ ਕਿਹੜਾ ਮਾਂ ਸੁੱਤੀ ਪਈ ਸੀ ਉਹਦੇ ਬਾਅਦ ਸ਼ਿਜੇ ਟੁੱਠੀ ਏ ਕਿ ਮੈਂ ਹੁਣ ਫੋਨ ਨਹੀਂ ਮਿਲਦਾ ਮੈਂ ਸੁਨਾਣ ਦੇ ਘਰ ਚੱਲੀ ਆਂ ਮਾਂ ਕਹਿੰਦੀ ਨਾ ਜਾ ਟਾਈਮ ਨਹੀਂਗਾ ਟਾਈਮ ਨਹੀਂਗਾ ਸ਼ਿਜੇ ਚੱਲ ਗਈ ਏ ਸ਼ਿਜੇ ਮੂਹ ਕੋ ਕੇ ਉੱਥੇ ਚੱਲ ਗਈ ਏ ਸੁਨਾਣ ਕੋ ਮੂਹ ਕੋ ਕੇ ਚੱਲ ਗਈ ਤੇ ਦਰਵਾਜ਼ਾ ਖੜਾ ਸੁਨਾਣ ਹੀ ਬਾਹਰ ਆਇਆ ਖੜੀ ਸ ਇੰਨਾ ਸਾਰਾ ਮੂਹ ਤਾਂ ਨੰਗਾ ਹੈ ਸੁਨਾਣ ਕਹਿੰਦਾ ਆਹ ਕੌਣ ਹੈ ਇੱਕ ਤੋਂ ਇੱਕ ਵਿੱਚ ਉੱਲੂ ਦਗਾਇਆ ਫਿਰ ਅੰਜ ਮੂਹ ਤਾਂ ਪਰਦਾ ਢਾਂਦ ਜੀ ਅੰਦਰ ਜਾਂਦੀ ਏ ਕੰਦੀ ਉਹ ਮੇਰੇ ਬੱਚਾ ਚਾਰ ਮਾਂ ਦਾ ਬੱਚਾ ਕਹਿੰਦਾ ਕਹਾਂ ਕਹਾਂ ਕੀ ਚਾਰ ਮਾਂ ਦਾ ਬੱਚਾ ਕਿਸ ਦਾ ਹੈ ਕੌਣ ਹੈ ਕਹਾਂ ਕੰਦੀ ਨੇ ਗੋੜ ਮਾਰੇ ਸਾਡਾ ਕਹਿੰਦਾ ਸਾਡਾ ਬੱਚਾ ਕਹਿੰਦੀ ਯਾਦ ਕਰ ਉਹ ਵਕਤ ਉਹ ਯਾਦ ਕੰਦੀ ਡੰਡਾ ਵੜ ਕੇ ਯਾਦ ਕਰਦਾ ਕਹਿੰਦਾ ਉਹ ਯਾਦ ਆਇਆ ਅੱਛਾ ਕਹਿੰਦਾ ਮੇਰਾ ਬੱਚਾ ਹੈ ਉਹ ਕਹਿੰਦਾ ਮੈਂ ਜਾ ਕੋਣ ਤੇਰੇ ਮਾਮੇ ਨੇ ਕਹਿਦਾ ਨਾ ਮੈਂ ਤੇ ਕੋਈ ਗੱਲ ਐਸੀ ਗੱਲ ਉਹਦੇ ਮਾਮੇ ਕੋ ਜਾ ਕੇ ਕਹਿੰਦਾ ਸੋਰੀ ਮੇਰੀ ਗਲਤੀ ਇਹਦਾ ਕੁਝ ਕਸੂਰ ਨਹੀਂ ਸੀ ਫਲਾਣਾ ਜੀ ਉਹ ਅਫਾਕ ਉਹਦੀ ਬਿਸਤੀ ਕਰਦਾ ਫਾਕਾ ਤੋਂ ਕਰਦਾ ਅਫਾਕ ਦਾ ਯਾਲਾ ਮੈਂ ਨਹੀਂ ਰਹਿ ਗਿਆ ਚਾਰੇ ਪਾਸੇ ਪੂਛੀਆਂ ਦੇ ਟੰਡੋਰੇ ਤੇ ਮੈਂ ਹੀ ਇੱਕ ਬਾਦ ਨਹੀਂ ਸੀ ਵਿਰਹਿ ਗਿਆ ਅੱਛਾ ਨਹੀਂ ਅਬ ਉਸਕੇ ਬਾਦ ਕਿਆ ਸੀਨ ਦਿਖਾਇਆ ਸਨਾਨ ਅੱਛਾ ਮੈਂ ਉਹ ਸੀਨ ਦਾ ਬਾਦ ਜੇਨ ਪਹਿਲੇ ਮੈਂ ਤਾਰੀਫ ਕਰ ਦਵਾ ਇਤਨਾ ਅੱਛਾ ਡਾਇਰੈਕਟਰ ਕਿ ਜੋ ਬਾਤ ਅੱਛੀ ਲਗੀ ਇਸਮੇ ਨਾ ਜਰਾ ਵਕਤ ਪਹਿਲੇ ਕਾ ਵਕਤ ਦਿਖਾਇਆ ਹੈ ਇਸਮੇ ਅਫਾਕੀ ਭੈਣ ਕੇ ਘਰ ਬੱਚਾ ਹੋਇਆ ਨਾ ਬੱਚੇ ਦਾ ਹਕੀਕਾ ਹੈ ਹਕੀਕੇ ਦੇ ਖੁਸੇ ਨੱਚਦੇ ਨੇ ਪਹਿਲੇ ਇਸੀ ਇਸੀ ਤਰ੍ਹਾਂ ਹੁੰਦਾ ਸੀ ਕੋਈ ਬੱਚਾ ਹੋ ਰਿਹਾ ਹੁੰਦਾ ਸੀ ਨਾ ਦਾਮਾ ਸਾਹਿਬ ਪੂਛੀ ਵੀ ਖੁਸੇ ਪੁਰਾਣੇ ਸਮਾਂ ਹੈ ਕਰ ਰਹਾ ਮੈਂ मुझे ये सीन जैसे अच्छा लगा कि खुसरे नाचे पेने ना हकीके अच्छा नाचे पेने गलत लगी कि बच्चे एडे वहल नहीं बचा हजार रोड मारन लिया ढोलों वाले तो हर किसी को अच्छा स्नान मान गया स्नान अपनी अम्मी के कोल आया हाँ जी तू यकीन नहीं करेगा स्नान अपनी अम्मी ने दसदी शरीर कमी बच्चों मान ਓਏ ਮੇਰੇ ਅੱਲਾ ਮੈਂ ਕਹਿੰਨੀਆਂ ਕੀ ਅਫਾਕ ਕੀ ਉਹਦੀ ਮਾਮੀ ਕੀ ਸਾਰੇ ਜ਼ਮਾਨੇ ਜਿਹੜਾ ਉਹ ਪਿੱਟੀ ਕੌਣ ਹਾਏ ਉਹਦੇ ਪਿੱਟਣ ਲਾ ਪਿਛਣਾ ਆਂਦੀ ਅੰਮੀ ਕਹਿੰਦੀ ਅੱਲਾ ਹਾਏ ਵੀ ਐ ਕੀ ਕਰਤਾ ਹਾਏ ਹਾਏ ਮੈਂ ਮਰ ਗਈ ਐਡੀ ਬਾਹ ਜਾਤੀ ਮੈਂ ਦੁਨੀਆ ਨੂੰ ਕੀ ਜਵਾਬ ਦਵਾਂਗੀ ਨਿਕਾਹ ਤਾਂ ਚਲੋ ਹੋ ਗਿਆ ਬਥਾ ਨਿਕਾਹ ਹੋ ਗਿਆ ਅਸੀਂ ਨਹੀਂ ਉਹ ਮੱਲੇ ਵਾਲੇ ਕਰ ਲੈਂਦੇ ਉਹ ਪੁਰਾਣੇ ਜ਼ਮਾਨੇ ਦੇ ਲੋਕ ਦਾ ਇਹ ਤੇ ਮਾਡਰਨ ਲੋਕ ਸੀ ਸੁਣਾਉਂਦੇ ਅੰਮੀ ਸਨਾਣ ਦੀ ਅੰਮੀ ਦਾ ਐਡਾ ਵਾਹ ਵੇਲਾ ਮਚਾਉਂਦਾ ਸਨਾਣ ਦੀ ਅੰਮੀ ਨੇ ਤਾਂ ਹੱਦ ਤੋੜ ਦਿੱਤੀ ਸਨਾਣ ਦੀ ਅੰਮੀ ਕਹਿੰਦਾ ਮੈਂ ਤਾਂ ਕਾਪੂਚ ਨਹੀਂ ਆਣਾ ਐਡੀ ਬਾਤ ਮੈਂ ਤਾਂ ਕਹਿੰਦੀ ਕੋਈ ਜ਼ਲੀਲ औरत ਹੁੰਦੀ ਐਸੇ ਵੇਲੇ ਉਹਦਾ ਮੂੰਹ ਤੇ ਤਲਾਕ ਮਾਰਦੀ ਪਤਾ ਨਹੀਂ ਕਿਹਦਾ ਕਹਿੰਦੀ ਤੇਰੇ ਪੱਲੇ ਪਾਣ ਲਈਏ ਪਾਪ ਕੀ ਬਕਵਾਸ ਸੀ ਸਨਾਣ ਕਹਿੰਦਾ ਨਗੋਰ ਮਰੀ ਅੰਮੀ ਐਸੀ ਕੋਈ ਨਾ ਗੱਲ ਕਰ ਇਹ ਮੇਰਾ ਇਹ ਐਸੀ ਕੋਈ ਐਸੀ ਗੱਲ ਨਹੀਂ ਬਸ ਬੜਾ ਬੋਲ ਟੌਪਿਕ ਲੱਗ ਮੈਨੂੰ ਹੈ ਪਾਕਿਸਤਾਨ ਨੂੰ ਮੈਂ ਅੱਛਾ ਉਸਕੇ ਬਾਅਦ ਆਪ ਸਨਾਣ ਉਸਦੀ ਮਾਂ ਨਾ ਸਨਾਣ ਦੀ ਮਾਂ ਵਾਲਾ ਰਿਸ਼ਤੇਗਲੇ ਚਲੀ ਗਈ ਹੈ अच्छा रिश्तेली चल गई है दसो राइटर ने जेड़े ए अड्डे अड्डे मोटे डायलॉग लिखे ने ए दसो किसकी की की, की सोच लिखे ने शिजरा दी मां कहंदी है शिजरत ਨੂੰ शिजदत शिजरत ਕੀ ਬਣੇਗਾ ਜੋ ਤੂੰ ਕਰ ਲਿਆ ਬੱਡੇ ਸਹੀ ਕਹਿੰਦੇ ਨਹੀਂ ਮਿਲਣਾ ਫਲਾਨਾ ਮੈਂ ਕਹਿੰਦੀ ਸ਼ਿਜਾ ਦੁਨੀਆ ਨੂੰ ਤੇ ਛੱਡ ਦੀਵਾਰ ਤੇ ਬੈਠੀ ਚਿੜੀਆ ਵੀ ਪੁੱਛੇਗੀ ਸ਼ਿਜਰਤ ਇਹ ਕਿਆ ਕੀਆ ਚਿੜੀਆਂ ਕੀ ਤਲਬ ਤੁਸੀਂ ਮਾਂ ਬਣੋ ਪਿਓ ਬਣੋ ਚਿੜੀਆਂ ਨੇ ਕੀ ਕਹਿਣਾ ਚਿੜੀਆਂ ਨੇ ਕਹਿਤਾ ਉਸ ਬਾਦ ਮਾਮੀ ਸਬਜ਼ੀ ਲੈਣ ਮੱਥੇ ਜਾਂਦੀ ਹੈ ਲੋਕ ਤਾਂ ਇਹ ਮਾਰਦੇ ਲੋਕ ਕਹਿੰਦੇ ਤਾਨੇ ਮਾਰਦੇ ਕਹਿੰਦੀ ਉਹ ਖੋ ਪਤਾ ਇਹਨਾਂ ਨੂੰ ਕੀ ਹੋਇਆ ਇਹਨਾਂ ਤਾਂ ਫਲਾਨਾ ਮਾਮੀ ਅੰਦਰ ਆ ਗਈ ਹੁਣ ਜਿਹੜਾ ਮਾਮੀ ਨੇ ਫਿਕਰਾ ਬੋਲੇਆ ਮਾਮੀ ਕਹਿੰਦੀ ਏ ਰੋਜ਼ੇ ਮਹਸ਼ਰ ਸਾਡੇ ਮੱਥੇ ਤੇ ਗੁਨਾਹ ਕਬੀਰਾ ਦਾ ਜਿਹੜਾ ਤੇਰੀ ਧੀ ਨੇ ਲੈ ਬਲਾਤਾ ਅੱਲਾ ਦੀ ਨਜ਼ਰ ਜਿੱਦੋਂ ਜਾਇਜ਼ ਚੀਜ਼ ਵਿੱਚ ਨਕਾਰ ਰੋਜ਼ੇ ਮਹਿਸ਼ਤ ਕਿਸ ਤਰ੍ਹਾਂ ਤੁਹਾਡੇ ਗੁਨਾਹ ਕਬੀਰਾ ਦਾ ਲਾਤਾ ਜ਼ਿਆਦਾ ਧਿਆਕ ਕਰੇ ਲੋਕ ਨਾ ਸਾਰੇ ਜ਼ਿਆਦਾ ਧਿਆਕ ਕਰ ਰਹੇ ਆਂ ਅੱਛਾ ਜ਼ਿਆਦਾ ਧਿਆਕ ਕਰ ਰਹੇ ਆਂ ਅੱਛਾ ਹੁਣ ਸੁਨਾਨ ਕੀ ਇਹ ਤੈਅ ਕਰਦਾ ਕਿ ਕਿਸਾਂ ਚਾਰੇ ਪਾਸੇ ਸਾਰੇ ਮੱਚੇ ਪੀਨੇ ਸਾਰਾ ਕੁਝ ਹੋਣ ਦੇ ਆ ਇਹਨੂੰ ਕਿਸਾਂ ਸਮੇਟਾਂ ਸੁਨਾਨ ਨੇ ਦਾ ਹਲ ਬੱਚੇ ਨੂੰ ਬੜਾ ਸੋਣਾ ਸੋਚਿਆ ਉਹਨੇ ਕਹੇ ਅਸੀਂ ਇੰਜ ਕਰਦੇ ਆਂ ਮੈਂ ਇਹਨੂੰ ਲੈ ਜਾਣਾ ਵਾ ਵਿਆਹ ਦੇ ਨਾਲ ਹੀ ਬਾ ਅਸੀਂ 2-3 ਸਾਲ ਦੇ ਬਾਅਦ ਵਾਪਸ ਆ ਜਾਵਾਂਗੇ ਹਾਂ ਹਾਲ ਕਿੱਸਾ ਸੀ ਹਾਂ ਹਾਂ ਸ਼ਿਰ ਜਿਹੜਾ ਪਤਾ ਚੱਲਦਾ ਕੀ ਗੱਤੀ ਸ਼ਿਰ ਕਹਿੰਦੀ ਜਰੂਰ ਕਿ ਸੁਨਾ ਭਾਈ तो मैंने शहर मेरे होने ने मैं पेपर देव कितना किस चीज देखने <laughs> आगे बढ़ते हैं बात करते हैं ड्रामा सीरियल किस्सा मेहरबानों का की तो वो इस हफ्ते कैसा रहा सुना तो। लगा मेहर पे के अच्छे मिया के साथ कमरे में बांधती इस वाली एपिसोड में मुराद ने कहा सब कुछ है इसकी ये मैं कसम सकता हूँ कि मेहर ये वाली हरकत नहीं कर सकती ठीक है अच्छे मियाँ को घरों का दिता मार मार के ना कि तू गलत तू बकवास करना पैंया उसके बाद मेहर कमरे में आता मह कपड़े रख रही मेहर कहती एडा वा मेरे तो इल्जाम है सर मेरी तो जिंदगी अजीरन की हुई सी इस घर वालों ने मैंने अब यहाँ नहीं रहना मैं अपने घर ही जाए अच्छा मुराद अब उसको ना घर छोड़ने जा रहा है घर में उतारने लगता तो कहता है कि तुम्हारे अबा मियाँ की तबीयत खराब है ਤੇ ਕਹਿੰਦੀ ਹਾਏ ਤੂੰ ਦੱਸਿਆ ਕਿ ਨਹੀਂ ਕਹਿੰਦਾ ਮੈਂ ਦੱਸਦਾ ਤੇ ਮੈਂ ਪਾਗਲ ਸੀ ਮੈਨੂੰ ਤੇਨਾ ਪਿਆਰ ਸੀ ਤੂੰ ਪਰੇਸ਼ਾਨ ਹੋ ਜਾਣਾ ਸੀ ਇਸ ਲਈ ਮੈਂ ਦੱਸਿਆ ਕਹਿੰਦੀ ਆਪ ਵੀ ਆ ਜਾ ਮਿਲ ਲੋ ਅੰਦਰ ਜਾਂਦਾ ਤੇ ਫੇਰ ਅੱਬਾ ਮੀਆਂ ਧਮਕੀਆਂਆਂ ਦਿੰਦਾ ਕਿ ਅੱਬਾ ਮੀਆਂ ਜਿਹੜੀਆਂ ਦੁਕਾਨਾਂ ਐ ਨਾ ਮੇਰੇ ਨਾਲ ਲਾ ਦੇ ਫੇਰ ਨਾ ਕਹੀਂ ਤੇਰੀ ਧੀ ਅੱਗੇ ਬੈਠੀ ਸੀ ਫੇਰ ਤੇਰੀ ਧੀ ਨੂੰ ਦੁਬਾਰਾ ਮੈਂ ਛੱਡ ਦਵਾਂ ਐ ਧਮਕੀਆਂ ਦੇ ਦਿੱਤੀਆਂ ਨੇ ਅੱਛਾ ਉਹਦੇ ਬਾਅਦ ਜਨਾਬ ਕੀ ਦਿਖਾਇਆ ਹੋਏ ਮੇਰੇ ਅੱਲਾਹ ਅੱਲਾ ਮੈਂ ਕਹਿੰਦੀ ਮੈਂ ਕਸਮ ਖਾਸਦਾ ਸੀ ਜਿਸ ਤਰੀਕੇ ਨਾਲ ਮੈਂ ਹਰ ਅਸਕਰ ਚ ਗੁਜ਼ਾਰਾ ਕਰਦੀ ਪਈ ਸੀ ਕਿ ਐਸੀ ਵੈਸੀ ਕੋਈ ਗੱਲ ਹੋ ਸਕਦੀ ਮਹਿਰ ਮਾਂ ਬਣਨ ਵਾਲੀ ਹੋਵੇ ਮਹਿਰ ਕੀ ਤਬੀਅਤ ਖਰਾਬ ਮਹਿਰ ਆਪਣੀ ਭਾਂਜ ਐਸਾ ਖਾਨ ਕੇ ਸਾਥ ਹਾਂ ਕਿਸ ਤਰ੍ਹਾਂ ਤੁਸੀਂ ਦਿਖਾਤਾ ਇੱਕ ਉਹ ਆਪਣੀ ਸੋਤਨ ਨੂੰ ਵੀ ਕਹਿੰਦੀ ਪਈ ਸੀ ਕਿ ਮੈਂ ਤੇਰੇ ਕੋ ਕਸਮ ਖਾਨੀ ਮੈਂ ਨਾ ਹੱਥ ਨਹੀਂ ਲਾਣ ਦਵਾਂਗੀ ਅੱਛੇ ਮੀਆਂ ਵੀ ਇਹੀ ਕਹਿੰਦਾ ਕਿ ਆਪਣੀ ਬੀਵੀ ਤੇ ਫਟਕਾਰ ਪੰਦਾ ਦੂਸਰੀ ਬੀਵੀ ਨੇ ਕਹਦਾ ਤਾਂ ਸਮੇਂ ਐਤ ਕੋਈ ਮਰਦ ਦੀ ਚਾਹੀਦੀ ਸੀ ਪੂਰੇ ਡਰਾਮੇ ਵਿੱਚ ਸਭ ਕੋ ਇਹੀ ਪਤਾ ਹੈ ਕਿ ਮੁਰਾਦ ਔਰ ਉਸਨੇ ਉਸਕੋ ਟੱਚ ਵੀ ਨਹੀਂ ਕੀਤਾ ਉਸਕਾ ਬੱਚਾ ਆਉਣ ਵਾਲਾ ਹੋ ਗਿਆ ਬੱਚਿਆਂ ਵਾਲਾ ਗੱਫਾ ਹਰ ਕਰੈਕਟਰ ਮਾਸ਼ੱਲਾ ਸੁਭਾਨ ਅੱਲਾ ਨੂਰ ਦੀ ਜਿਹੜੀ ਫੁੱਫੀ ਮਹਿਰ ਵੇ ਮਹਿਰ ਮੈਂ ਕਹਿੰਨੀ ਆ ਦੱਸੋ ਸਿਆਣੀ ਬਿਆਣੀ ਬੁੱਢੀ ਖੂਸਰ 10 ਸਾਲ ਬੈਠੀ ਰਹੀ ਤੇ ਉਮਰ ਚੰਗੀ ਭਲੀ ਨਾ ਤੇ ਬੱਚੀ ਨੂਰ ਉਸ ਸਾਹਮਣੇ ਜਵਾਨ ਹੋ ਗਈ ਹੋਈ ਠੀਕ ਹੈ ਉਸ ਬੁੱਢੀ ਖੋਸਣ ਨੂੰ ਕਿਸੇ ਪਲ ਕੁਛ ਐ ਚੀਜ਼ਾ ਸਾ ਉਹਨੂੰ ਪਤਾ ਹੀ ਨਹੀਂ ਉਹਨਵੇਂ ਜਦੋਂ ਡਾਕਟਰ ਕਹਿੰਦੀ ਨਾ ਕਿ ਤੂੰ ਮਾਂ ਬਣਨ ਵਾਲੀ ਓਹ ਹਰਾਨ ਹੋ ਜਾਂਦੀ ਏ ਕਿਵੇਂ ਤੇ ਕਿਸ ਤਰ੍ਹਾਂ ਮੈਂ ਕਿਸ ਤਰ੍ਹਾਂ ਮਾਂ ਬਣਨ ਵਾਲੀ ਫਾਟੇ ਕਿ ਮੈਂ ਤਾਂ ਕਿਸੇ ਬੰਦੇ ਨੇ ਛੁਇਆ ਹੀ ਨਹੀਂ ਕਿਛਰੇ ਮੈਨੂੰ ਹਰਾਨ ਪਹਿਚਾਨ ਬੁੱਢੀ ਕੋ ਸਰਕਾਰ ਆ ਗਈ ਹਰਾਨ ਪਹਿਚਾਨ ਘਰ ਆਈ ਬੱਚੀ ਜਿਹੜੀ ਨੂਰੇ ਫੂਲ ਖੁਸ਼ਵੇਂ ਗਿਆ ਇਨ ਫਲਾਨਾ ਨਾ ਨਾ ਬੁੰਦਾ ਜੀ ਕਹਿੰਦਾ ਨਾ ਨਾ ਬੂ ਕਿ ਐਂਜ ਮਤਲਬ ਹੈਗਾ ਨਾ ਨਾ ਬੂ ਜਿਆ ਟੁੱਟ ਜਾਂਦੇ ਨਾ ਨਾ ਬੂ ਤੇ ਬੇਬਕ ਪਤਾਸੀ ਸੀ ਉਹ ਤਾਂ ਨਾ ਨਾ ਬੂ ਕਹਿੰਦੇ ਹੁਣ ਕੀ ਕਰਾਂ ਜਿਸਾਂ ਮਾਂ ਵੀ ਬਣਨ ਵਾਲੀ ਹੈ ਫਿਰ ਉਹ ਦੇ ਮਾਂ ਬਣ ਵਾਲੀ ਹੁਣ ਨੂਰ ਬੱਚੀ ਐ ਮਹਿਰ ਬੱਚੀ ਇੱਥੋਂ ਜਿਸ ਤਰ੍ਹਾਂ ਗੈਚਨਾ ਬੇਵਾਰ ਨਾ ਕੰਨਾ ਚ ਬਾਦਸੁਰਤ ਬਾਦਰੰਗ ਕਪੜੇ ਉਸੇ ਖੁਲੀਆਂ ਜੀ ਵਾਪਸ ਆਈਏ ਬੱਚੀ ਨੂਰ ਕਹਿੰਦੀ ਏ ਮੁਰਾਦ ਖਾਨ ਨੂੰ ਬਹੁਤ ਅੱਛੀ ਆਪਕੇ ਸਾਥ ਹੋਣਗੇ ਖਾਲਾ ਖੂਬ ਸ਼ਾਪਿੰਗ ਕਰਤੀ ਹੋਗੀ ਖੂਬ ਨਵੇਂ-ਨਵੇਂ ਕੱਪੜੇ ਪਹਿਨਤੀ ਹੋਗੀ ਖੂਬ ਪਿਆਰ ਕਰਤੀ ਹੋਗੀ ਬੇਟਾ ਅੰਨੀ ਐਨਕਲਵਾ ਨੂੰ ਤੂੰ ਜਾ ਕੇ ਤੈਨ ਆਪਣੀ ਖਾਲਾ ਚ ਜਿਸ ਤਾ ਤੁਸੀਂ ਭੇਜੀ ਸੀ ਨਾ ਲਿਪਸਟਿਕ ਨਾ ਕੰਨਾਂ ਚ ਕਾਂਟੇ ਚਿੱਟਾ ਜ਼ਬੱਟਾ ਕੀ ਸੀ ਤੈਨ ਕਿਸ ਚੀਜ਼ ਦਾ ਲਗਾ ਕੇ ਖਾਲਾ ਤੇਰੀ ਬਹੁਤ ਖੁਸ਼ ਹੋਏਗੀ ਖਾਲਾ ਦੁਖੀ ਦੀ ਦੁਖੀ ਹੈ ਫਿਰ ਮੈਂ ਗੱਲ ਕਹਿਣੀ ਗਲਤ ਗੱਲ ਕਹਿਣੀ ਹੁਣ ਜਿਹੜਾ ਅੱਬਾ ਮੀ ਆਏ ਅੱਬਾ ਮੈਨੂੰ ਪਤਾ ਚੱਲ ਗਿਆ ਏ ਕਿ ਉਹ ਬੰਦਾ ਖਰਾਬ ਏ ਮੁਰਾਦ ਹਾਂ ਤੇਰੀ ਤੂੰ ਗੰਦਾ ਬਾਮੀਆਂ ਸੋਚਦਾ ਕਹਿੰਦਾ ਨਾ ਅੱਗੇ ਮੈਂ ਆਪਣਾ ਪੋਤਾ ਯਾਦ ਮੇਰਾ ਪਾਲਦਾ ਪਿਆ ਇੰਜ ਉਥੇ ਹੁਣ ਮੈਂ ਮਹਿਰ ਦਾ ਨਹੀਂ ਕਰਨਾ ਤੂੰ ਜੋ ਤੇਰੀ ਬੱਚੀ ਮਹਿਰ ਦਾ ਏ ਜੋ ਮੁਰਾਦ ਗਲਤ ਏ ਐ ਬੱਚੀ ਦੇ ਬਾਅਦ ਜਦੋਂ ਤੇਰੀ ਛੱਡ ਦੇਗਾ ਬੱਚਾ ਆਉਣ ਦੇ ਬਾਅਦ ਫੇਰ ਕੀ ਕਰੇਗਾ ਕਿਸ ਚੀਜ਼ ਦਾ ਤੂੰ ਹੋ ਗਿਆ ਕਿ ਇਹ ਬੱਚਾ ਆਉਣ ਵਾਲਾ ਤੇ ਅੱਬਾ ਮੀਆਂ ਪਰ ਇਹ ਕਰਦੇ ਨੇ ਜਾਇਦਾਦ ਦੇ ਸਾਰੇ ਕਾਗਜ਼ਾ ਜਿਹੜੇ ਨੇ ਨਾ ਮਹਿਰਾਨ ਨੂੰ ਕਹਿੰਦੇ ਤੂੰ ਲੈ ਲੈ मैं तेरे भरोसा है तेरे दुबारे तू रख मेहरान फिर इस एपिसोड कनूस न मनहूस औरत मेरी हाल तक तेली ऑप्शन उजूद तो तो है तू जिस वक्त कमें कि मैं दिलो जा ना हासना कह दफा महीने मैं दफाया तू अपने घर तेरी सोतन मौजूद है उस घर का तस्वर भी नहीं करना चाहता अच्छा उदी मुराद की माँ है दसो उन्हें एडा इल्जाम लाया कि महर अच्छे मीए खराब सी ਅਨਕਲੀ ਇਲਜ਼ਾਮ ਲਵਾਤਾ ਲਵਾਤਾ ਉਹਦੇ ਬਾਅਦ ਹੁਣ ਮੁਰਾਦ ਘਰ ਗਿਆ ਤੇ ਉਹਨੂੰ ਕਹਿੰਦੀ ਏ ਕਿ ਤੂੰ ਕਿੱਡਾ ਬਗੈਰ ਉਹ ਜਨ ਨਕਲੀ ਸਟਿਕ ਉਸਨੇ ਪਕੜੀ ਹੋਈ ਸੀ ਬਾਤ ਉਹਦੀ ਮਹਿਰ ਜੀ ਸੋਤ ਨੇ ਸਟਿਕ ਸੜ ਦਿਤੀ ਏ ਹੁਣ ਡਰਾਮੇ ਵਾਲਾ ਦੋਸਤ ਤੁਸੀਂ ਉਹਦੀ ਸਟਿਕ ਵੀ ਸੜਵਾ ਦਿਤੀ ਏ ਉਹ ਕਹਿੰਦੀ ਕਹਿੰਦੀ ਨੋ ਕਹਿੰਦੀ ਬਾਤ ਹੁਣੀ ਡਰਾਮੇ ਕਰਨੇ ਸਾਰਾ ਸਿਆਪਾ ਤੇ ਇਹੀ ਸੀ ਕਿ ਇਹਨੇ ਅੱਛੇ ਮਿਆਂ ਦੇ ਕੋਲ ਆਪਣੇ ਬੇਟੇ ਨੂੰ ਵੀ ਭੇਜਿਆ ਸੀ ਮੁਰਾਦ ਨੂੰ ਕਿ ਜਾ ਬਾਮ ਲੈਣ ਜਾ ਤੋ ਕਹਿੰਦਾ ਉਹ ਕਮਰੇ ਚ ਬੰਦ ਏ ਕਾਮਾਸ ਨਾ ਲੈ ਛੋਟੀ ਸੀਟ ਨਹੀਂ ਬੰਦੀ ਸੀ ਇਹਦਾ ਸਾਫ ਪਤਾ ਚੱਲਦਾ ਬੈਨ ਇੱਕ ਮੁਰਾਦ ਨੂੰ ਕਿ ਮੇਰੀ ਮਾਂ ਨੇ ਸਾਰਾ ਡਰਾਮਾ ਕੀਤਾ ਹੋਇਆ ਮੁਰਾਦ ਦੀ ਮਾਂ ਕਹਿੰਦੀ ਮੁਰਾਦ ਨੂੰ ਮੁਰਾਦ ਯਾਦ ਰੱਖੀ ਦੁਸ਼ਮਨ ਦਾਜ ਦਾ ਮਾਮਲਾ ਏ ਤੇਰੀ ਭੈਣ ਜਿਹੜੀ ਹੈ ਨਾ ਆਫੀਆ ਰੋਜ਼ਾਨਾ ਮੇਰੇ ਕੋ ਆਂਦੀ ਇੱਕੋ ਸਵਾਲ ਕਰਦੀ ਏ ਮੇਰੇ ਕਾਤਲਾਂ ਨੂੰ ਮaaf ਤੇ ਨਹੀਂ ਕਰਤਾ ਉਹਦੀ ਆਂਦੀ ਏ ਤੇਰੇ ਕੋਲ ਆਂਦੀ ਤੇਰੀ ਬੇਟੀ ਕਹਿੰਦੀ ਕਾਤਲਾਂ ਤੈਨੂੰ ਐ ਨਹੀਂ ਕਹਿੰਦੀ ਕਿ ਮਾਂ ਮੇਰੀ ਨਿਸ਼ਾਨੀ ਤੇਰੇ ਕੋ ਆਇਆ ਇਹ ਮਾਂ ਕਦੀ ਰੋਟੀ ਵੀ ਖਵਾਈਉ

ਅੱਲਾਹ ਤਰਾ ਸ਼ੁਕਰ ਹੈ ਅਨਾ ਦਿਨ ਦੀ ਮਿਹਰਬਾਨੀ ਪਾ ਦਿੱਤੀ ਦੀ ਡਰ ਰਹੀ ਨਹੀਂ ਸੀ ਮੈਂ ਮੈਂ ਕਹਿ ਕਿ ਕੀਤਾ ਜਿਹੜੇ ਤੁਹਾਡੇ ਚੰਗੇ ਡਾਵਾ ਤੁਸੀਂ ਸਾਰੇ ਖਤਮ ਹੀ ਕਰ ਦਿੱਤੇ ਮੈਚ ਤੇ ਨਾ ਉਸ ਦਿਨ ਤੁਹਾਨੂੰ ਕਿ ਮੈਚ ਹਨ ਜਿਹੜੇ ਮੈਚ ਨਹੀਂ ਦੇ ਵਿੱਚ ਘੰਟੇ ਦਾ ਡਰਾਮਾ ਤੁਹਾਡਾ ਦਿਖਾ ਦਿੰਦੇ ਤੇ ਕਿਹੜੀ ਗੱਲ ਸੀ ਹਲਤ ਕੀਤਾ ਅਨਾਂ ਮੀਟਿੰਗਾਂ ਚ ਨਮਸਤਕ ਲੋਕ ਸਭ ਮੈਚ ਦੇਖੇ ਤੇ ਲੋਕ ਕੌਣ ਦਿੱਖਤਾ ਹਰ ਕਿ ਮੈਚ ਦੇਖੇ ਉਸ ਵਕਤ ਮਾ ਅੱਛਾ ਤੇ ਬਾਅਦ ਚ ਲਾ ਦਿੰਦੇ ਫਿਰ ਅਗਰ ਅੱਜ ਪਾਕਿਸਤਾਨ ਆਪਕੇ ਜੀਤ ਚੁੱਕਾ ਹੁੰਦਾ ਨਾ ਔਰ ਹੁੰਦਾ ਅੱਜ ਫਾਈਨਲ ਮੇਂ ਤਾਂ ਅੱਜ ਵੀ ਡਰਾਮਾ ਨਹੀਂ ਆਣਾ ਤਾਂ ਫਿਰ ਉਹ ਦਿਨ ਆਦਾ ਖੁਸ਼ੀ ਹੁੰਨੀ ਸੀ ਤੁ ਲੋ ਜੀ ਡਰਾਮੇ ਵਾਲਿਓ ਪਲੀਜ਼ ਮੈਨੂੰ ਆਪ ਬਤਾ ਦੇ ਮਹਿਰੀਨ ਇੱਕ ਫੁੱਲ ਅਕਲਮੰਦ ਜੀਨੀਅਸ ਬੱਚੀ ਐਡੀ ਲਾਈਕ ਬੱਚੀ ਬਚਪਨ ਤੋਂ ਬਚਪਨ ਤੋਂ ਬੱਚੀ ਏ ਪਲੱਸ ਲੈਣ ਵਾਲੀ ਟੌਪਰ ਬੱਚੀ ਸੀ ਤੁਸੀਂ ਡਰਾਮੇ ਵਾਲਾ ਦੱਸੋ ਤੁਸੀਂ ਉਸ ਬੱਚੀ ਨੂੰ ਪਾਗਲ ਕਿਉਂ ਦਿਖਾਣ ਦੇ ਹੋ ਇਹ ਇੱਕ ਤੁਕ ਬਣੀ ਉਹ ਬਾਰ ਬਾਰ ਮੱਛਰ ਨੂੰ ਦੇਖ ਰਹੀ ਏ ਕਿ ਮੱਛਰ ਦੀ ਰੂਹ ਆ ਕੇ ਉਹਨਾਂ ਕਰਦੀ ਪਈ ਏ ਮਹਿਰੀਨ ਬੱਚੀ ਨੇ ਯਾ ਸ਼ੁਰੂ ਤੋਂ ਮਛਲ ਮਹਿਰੀਨ ਕੋ ਤੰਗ ਕਰ ਰਹੀ ਸੀ ਮਛਲ ਰੋਂਗ ਸੀ ਮਹਿਰੀਨ ਸਾਈਡ ਸੀ ਮਹਿਰੀਨ ਤੇ ਚੰਗੀ ਸੀ ਮਹਿਰੀਨ ਕਿਉਂ ਡ ਮਹਿਰੀਨ ਤੁਸੀਂ ਕਿਉਂ ਡਮ ਦੇ ਉਹਨਾਂ ਕੋ ਪਾਗਲ ਧਾਂਡੇ ਹੋ ਬਿਲਕੁਲ ਗਲਤ ਗੱਲ ਅਬ ਡਮ ਅਬ ਡਮ ਨਹੀਂ ਦਿਖਾ ਰਹੀ ਇਹ ਦਿਖਾਣੇ ਦੀ ਕੋਸ਼ਿਸ਼ ਕੀ ਹੈ ਕਿ ਉਹ ਜਿਸ ਤਰ੍ਹਾਂ ਅਸਦ ਬੁਰਾ ਕਰ ਰਿਹਾ ਹੈ ਤਾਂ ਉਹ ਹਾਂ ਜੀ ਆਪ ਪੂਰਾ ਮਸ਼ਲ ਕਾ ਹੀ ਦੇਖਤੀ ਹੈ ਇੱਕ ਇੱਕ ਬਾਤ ਮਸ਼ਲ ਆ ਕੇ ਕਰਤੀ ਹੈ ਆ ਰਹੀ ਹੈ ਜਾ ਰਹੀ ਹੈ ਪੂਰਾ ਆਪਣੇ ਮਾਮੂ ਦੇ ਘਰ ਜਾਣਾ ਇੱਕ ਇੱਕ ਸੀਨ ਵਿੱਚ ਮਸ਼ਲ ਆ ਕੇ ਉਸ ਕੋ ਮਸ਼ਲ سے ਡਰ ਰਹੀ ਹੈ ਕਰ ਰਹੀ ਹੈ ਸਾਰਾ ਕੁਝ ਮਸ਼ਲ کا دیکھ رہی ہے اے ਜਿੰਨੀ ਬੱਚੀ بہادر ਸਾਰਾ ਕੁਝ ਸੀ ਬਜਾਏ اے ਕਿਸਾਨੇ ਦਾ ਮੁਕਾਬਲਾ ਕਰਦੇ ਤਾਂਦੇ ਐ ਨਹੀਂ ਦਿਖਾਇਆ ਉਸ ਬੱਚੇ ਨੇ ਵੀ ਬਲਕੇ ਫਜ਼ੂਲੀ پاگل ਕਰਦੇ ਪਏ ਨੇ ਦੂਸਰਾ ਮੈਂ ਇਹ ਕਹਿਣਾ ਚਾਹਤੀ ਹੂੰ ਮਸ਼ਲ ਕੇ ਮਾਪੇ ਮਾਪੇ ਨੇ ਉਹ ਜਿੰਨਾ ਵੀ ਆਪਣੀ ਬੱਚੀ واسطے ਦੁਖੀ ਹੋਣ پاگلਪਨਾ ਕਰਨ ਉਹਨਾਂ ਦੀ ਇੱਕੋ ਇੱਕ ਬੇਟੀ ਸੀ ਹੁਣ ਮੈਂ ਦੱਸੋ ਜਿਹੜਾ ਅਸਵਧ ਬੱਚਾ ਕਿੱਡਾ ਬੇਵਕੂਫ ਬੱਚਾ ਦਿਖਾਇਆ ਮਰੀਓਈ ਕਜ਼ਨ ਨੇ ਮਸ਼ਹੂਰੀ ਦੀ ਮਰ ਗਈ ਹੋਈ ਏ ਜ਼ਿੰਦਾ ਮਹਿਰੀਨ ਫੁੱਲ ਖੂਬਸੂਰਤ ਵਰੀ ਬੀਵੀ ਉਹਦੇ ਬਚਪਨ ਦੀ ਦੋਸਤ ਜਿਹਨੂੰ ਬਚਪਨ ਜੀ ਪਸੰਦ ਕਰਦਾ ਸੀ ਇੱਕ ਮਰੀਓਈ ਕਜ਼ਨ ਪਿੱਛੇ ਜਿਹੜੀ ਆਪਣੀ ਜ਼ਿੰਦਾ ਬੀਵੀ ਮਹਿਰੀਨ ਨੇ ਉਹਨੂੰ ਕਿਉਂ ਜ਼ਲੀਲ ਕਰਦਾ ਰਹਿੰਦਾ ਉਹਦੇ ਮਾਪੇ ਤੇ ਚਲੋ ਠੀਕ ਹੈ ਉਹਨਾਂ ਦੀ ਬੇਟੀ ਸੀ ਇਹ ਕਿਸ ਗੱਲੋਂ ਜ਼ਲੀਲ ਕਰਦਾ ਦਿਖਾਇਆ ਇਸ ਵਿੱਚ ਆਪ ਸੀਨ ਹੁੰਦਾ ਕਿ ਉਸਦੀ ਖਾਲਾ ਕਹਿੰਦੀ ਹੈ ਇਸਦੀ ਮਹਿਰੀਨ ਕੀ ਕਿ ਤੂੰ ਨਾ ਸਾਦੇ ਜਿਹੇ ਕੱਪੜੇ ਤੂੰ ਨਾ ਗਿਆ ਸੀ ਨਾ ਅਮਰੀਕਾ ਵਾਪਸ ਆ ਗਿਆ ਨਾ ਕਹਿੰਦੀ ਤੁਮਨਾ ਤਿਆਰ ਹੋ ਜਾਓ ਸਾਰੀ ਪਹਿਨ ਕੇ ਆਓ ਅੱਛਾ ਆਪਣਾ ਮੱਛਲ ਬੜੀ ਪਿਆਰ ਲਗੀ ਡਾਲ ਲਿਪਸਟਿਕ ਵਗੈਰਾ ਲਗਾ ਕੇ ਨਾ ਸਾਰੀ ਪਹਿਨ ਕੇ ਆਤੀ ਹੈ ਉਸ ਵਤ ਕਹਿੰਦਾ ਆਪਣੀ ਮਾਂ ਨੂੰ ਤੂੰ ਇਹਨਾਂ ਦੀ ਪੇਸਟ ਜੀ ਬਣਾਨੀ ਹੈ ਇਹ ਤਿਆਰ ਇਹ ਸਾਦੀ ਮਨ ਤਿਆਰ ਕੀ ਸਾਜ ਦੋਨਾਂ ਸੂਤਾਂ ਮੈਨ ਬਹੁਤ ਪਿਆੜੀ ਲੱਗਦੀ ਓਹ ਫੇ ਜਾ ਕੇ ਨਾ ਕੀਚੰਜੀ ਜਾਂਦੀ ਏ ਕੀਚੰਜੀ ਜਾ ਕੇ ਜਿਹੜੀ ਹਰਕਤ ਕੀਤੀ ਨਾ ਮਹਿਰੀਨ ਨੇ ਮਹਿਰੀਨ ਮੈਂ ਕਹਿੰਦੀ ਐਡੀ ਬੱਦ ਸਲੀਕਾ ਮੈਂ ਕਹਿੰਦੀ ਸੀ ਬੜੀ ਜੀਨੀਅਸ ਬੱਚੀ ਕੇ ਤਾਂ ਸਵਾਦ ਜੀਨੀਅਸ ਫੋਰਸ ਆ ਜਮਾਂਦੀ ਨੀ ਹਲਕੇ ਰੰਗ ਦੀ ਸੋੜੀ ਪਾਈ ਯੋਨੀਟੀ ਗੋੜੀ ਲਿਪਸਟਿਕ ਉਹ ਲਿਪਸਟਿਕ ਇੱਥਨੀ ਵੀ ਨਹੀਂ ਨੀ ਹੁਣ ਸਾਰੀ ਬਿਸਾਰੀ ਨਾ ਪਹੁੰਚ ਲਈ ਨੀਨ ਖੱਤੀ ਜਦੋਂ ਦੁੱਖਾਂ ਚ ਗਈ ਦੁੱਖ ਮੇ ਵਸਤੇ ਮੈਂ ਤੇਰੇ ਬਿਨ ਆਏ ਤੇਰੇ ਬਿਨ ਦੱਸੋ ਨੇ ਇੰਨਾਂ ਕੀਤਾ ਕਿ ਮੈਂ ਟਿਸ਼ੂ ਲਵਾ ਕਿ ਜੇ ਟਿਸ਼ੂ ਨਾਲ ਸਾਫ ਕਰਨਾ ਹਲਕੇ ਰੰਗ ਦਾ ਸਾਰੀ ਨਾ ਜਿਆਦਾ ਡਰਾਮਾਟਿਕ ਲੱਗਦਾ ਨਾ ਜ਼ਰਾ ਡਰਾਮਾ ਥੋੜਾ ਮੈਨੂੰ ਨਹੀਂ ਚੰਗਾ ਲੱਗਾ ਫੋਹੜਪਾਨ ਤੇਰੇ ਬਿਨ ਤੇਰੇ ਬਿਨ ਮੈਂ ਚਾਹ ਉਸਕੇ ਬਾਅਦ ਨਾ ਕਿਸ ਨੇ ਇੱਕ ਟਵੀਟ ਕੀਤਾ tha ਕਿ ਇਸ ਡਰਮੇ ਵਿੱਚ एक मिनट के डायलॉग होते हैं और पचास मिनट गाना लगता है तेरे बिन तेरे बिन अच्छा उसके बाद ना अपना असवद ना अपना मामू मामी के पास जाता है मामू ने कहता है कि के, मामू प्लीज तुम महरीन माफ़ कर दो मामू कहता दफ़ा दूर हो गया अपना शक्ल लेके गुल कर लिया मेरे को तो शक्ल दफा या मैं मर जावी महरीन माफ़ नहीं करना उसके बाद आप सीन अगला दिखाया है असवद महरीन को कह रहा है कि चलो हमने मामू के घर माफ़ी मांगने जाना है तो मैं कहा है मेरे अल्लाह शायद सू पूरी गुफ्तु नहीं दिखाई इन्हें किसी तरीके ना मामू नू फिर मना लिया कि चल मेहरीन माफ़ी हो अच्छा मेहरीन कहता चल महरीन इसकी ना अस्फ की जो माँ है ना वो कहती है कि महरीन नहीं जाएगी क्यों जाए मैन गलत लगी मैं वैसे आप आधे लोगों के लिए सही होगा जिनकी ये आदत होगी मेरी अपनी आदत है कि जहाँ अगर माफ़ी मांग के मामला दुरुस्त होते हैं वहाँ पर कल ही चाहिए आप महरीन ने वहाँ मामू मामी से माफ़ी मांगने जाना था मशल से नहीं मांगने जाना नहीं। था बड़े थे ना पूरे घर का सारा माहौल कितना ख़राब था खालाओ छुट गई नानी छुट गई ऐसा सारा किस सारे पे हुए थी खाला को कहना चाहिए चलो ठीक है माफ़ी है ना चले इस सारे हालात सही होते हैं टेंशन चारों पासे पई बार बार कभी जमानत तो हो गई कैंसल हो गई सब माहौल ठीक हो जाएगा बड़ी बनती तो कहती हाँ ठीक है वो कहती मैंने माफ़ी मांग नहीं जान देना कहता मैं लैके जावगा उसके बाद आप अस्फ महरीन के पास गया उसकी मेहरीन के साथ बहस होती है महरीन कहती मैंने नहीं जाना माफी मांगने कहता तुम्हें जाना पड़ेगा कहता तुम गुनेगार हो कहती मैंने कहना उन्होंने खत्या गुनेगार तू आप ही गुनेगार है मशाला मैंने को गुनेगार समझने कि मेरी भाई तो मरी हो कहती नहीं जाना मैंने माफ़ी मांगना जब गुनाह नहीं किया गुस्से से ना ऐसे वो दीवार के साथ लगी थी गुस्से से दरवाजे को हाथ मारता जोर जोर से तो वो ना डर जी जाती है वो डर गई है तो डर के जाके परे जाके बैठ गई उसके बाद अगला सीन दिखाया है अब असफद बाथरूम में जाके ना अपने मुंह पे थप्पड़ मार रहा है oh. मेरे पहले एन सीन पे आप प्लीज बच्चों मन दुसना वाकई मैं बहुत उलझी पई असफद ने वो थप्पड़ मशल के लिए अपने मुंह पे मारे हैं कि मैं भी कातल हाँ कि या उन्हें ऐ चीज वास्ते मारे ने कि फला मैं गुस्से ना चीखिया हुए थे महरीन थे या फिर कोई एना ही तू एन जी कहता है एन जी कहता है ਮਹਿਰੀਨ ਦਾ ਵੀ ਸੋਚਦਾ ਨਾ ਪਤਾ ਨਹੀਂ ਮਹਿਰੀਨ ਖਿਆਲ ਦੇ ਹੀ ਦੀ ਕਿਆ ਦੇਹਦਾ ਕਿ ਮਹਿਰੀਨ ਬਚਪਨ ਕਹਿੰਦੀ ਨਾ ਕਿ ਉਹ ਲੜਕੇ ਜੋ ਕਹਿੰਦਾ ਨਾ ਲੜਕੋ ਕੋ ਲੜਕੀਆਂ ਕੇ ਪੇ ਹੱਥ ਨਹੀਂ ਉਠਾਣਾ ਚਾਹੀਏ ਹਾਲਾਂਕਿ ਹੱਥ ਨਹੀਂ ਉਠਾਇੰਜ ਕਰਕੇ ਰੋਕਿਆ ਹੀ ਪਿਆ ਗੁੱਸੇ ਨਾਲ ਕਹਿੰਦਾ ਤੂੰ ਜਾਣਾ ਪਏਗਾ ਆਪਣੇ ਹੱਥ ਠਾਠਾ ਮਾਰਦਾ ਇੰਜ ਕਰਕੇ ਤੇ ਆਪਣੇ ਮਿੰਨੇ ਮੇ ਥੱਪੜ ਮਾਰਦੇ ਉਹ ਠਾੜ ਕੋ ਟੁੱਟ ਸਕੇ ਥੋੜਾ ਟੁੱਟ ਗਿਆ ਆਬੂ ਮੈਂ ਕਹਿੰਨੇ ਵੀ ਟੁੱਟ ਗਿਆ ਤੇ ਜੇ ਤੂੰ ਬਿਖਰ ਗਿਆ ਐ ਇੰਨਾ ਟੁੱਟਣ ਬਿਖਰਨਾ ਬੇਤਨ ਨਹੀਂ ਸੀਗਾ ਕਿ ਜੇ ਤੂੰ ਪਹਿਲੇ ਹੀ ਮੰਨ ਜਾਂਦਾ ਸਾਰਾ ਕਸੂਰ ਤੇਰਾ ਸੀ ਜੇ ਤੂੰ ਪਹਿਲੇ ਮਸ਼ਵਰਾ ਸੁਣ ਕੇ ਮੰਨ ਜਾਂਦਾ ਇਹ ਅੱਛਾ ਅਗੇ ਆ ਉਸਕੇ ਮਾਮੂ ਕੀ ਤਰਫ ਲੈ ਗਿਆ ਦੋਸਤੋ ਮਾਮੂ ਲੈ ਗਿਆ ਮਾਮੂ ਮਮਾਨੀ ਮਾਮੂ ਕਹਿੰਦਾ ਹੈ ਕੀ ਕੀਤਾ ਓ ਤੇਰਾ ਖਾਣਾ ਖਰਾਬ ਤੇ ਮੈਂ ਤੈਨੂੰ ਸਖਤੀ ਨਾਲ ਮਨਾ ਕੀਤਾ ਸੀ ਮਨੂੰ ਸਾਡੇ ਘਰ ਨਾਲ ਲੈ ਆਈ ਹਾਂ ਅਸਫਤ ਕਿੰਨਾ ਗਜ਼ੀਰ ਹੋਣਾ ਬੇਟਾ ਖਦ ਦੇ ਤੇਰੀ ਬੇਵਕੂਫੀਆਂ ਦੀ ਓ ਤੈਨੂੰ ਜਾਂ ਤੇਰੇ ਮਾਮੂ ਨੇ ਸਖਤੀ ਨਾਲ ਮਨਾ ਨਹੀਂ ਕਰਤਾ ਸੀ ਮਾਮੂ ਨੇ ਤੇਰੇ ਕੋਲੋਂ ਮਹਿਰੀਨ ਦਾ ਨਾਮ ਸੁਨਾ ਗੁਵਾਰਾਂਨ ਕੀਤਾ ਤੂੰ ਚੁੱਕ ਕੇ ਮਹਿਰੀਨ ਨੂੰ ਉਹਨਾਂ ਦੇ ਘਰ ਹੀ ਲੈ ਆਇਆ ਇਹ ਕੀ ਸੀ ਅਜੀ ਸੀ ਤੇਰੀ ਮਾਂ ਵੀ ਨਹੀਂ ਮੰਨਦੀ ਪਈ ਸੀ ਮਹਿਰੀਨ ਨੇ ਸੀਮਾਂ ਦੀ ਵੀ ਇਥੇ ਆਣ ਵਾਸਤੇ ਤੇਰੇ ਮਾਮੂ ਨੇ ਵੀ ਕਿਆ ਸੁਣਾ ਲਿਆਈ ਤੇਰੀ ਬੇਵਕੂਫੀਆਂ ਤੇ ਪੂਰਾ ਇੱਕ ਵੱਡਾ ਸਾਇਣੀ ਕਿਤਾਬ ਛਪਣੀ ਚਾਹੀਦੀ ਤੂੰ ਬਾਜ਼ ਹੀ ਨਹੀਂ ਆਂਦਾ ਪਿਆ ਫਿਰ ਉੱਥੇ ਉਹਦੀ ਮਾਂ ਚੁਕਲਿਆਂ ਦੀ ਕਹਿੰਦੀ ਬਹੁਤ ਸ਼ੁਕਰੀਆ ਬਹੁਤ ਅੱਛਾ ਕੀਆ ਮਾਮੀ ਕਹਿੰਦੀ ਤੂੰ ਇਸ ਕੋ ਲਿਆਏ ਅਸਫਤ ਬਹੁਤ ਸ਼ੁਕਰੀਆ ਵੱਡਸਰਾ ਚੁਕਲਿਆਂ ਦੀ ਇੰਗਲਿਸ਼ ਪੀਸ ਕਹਿੰਦੀ ਮੈਂ ਸਿਰ ਤੇ ਮਾਰ ਕੇ ਦਾ ਖਤਮ ਹੀ ਕਰ ਦਵਾਂਗੀ ਇਹ ਮਰ ਜਾਏਗੀ ਇਹਦੀ ਮੈਂ ਸ਼ਕਲ ਦੇਖਾਂਗੀ ਤੇ ਮੈਂ ਫੇਰ ਚ ਆਣਾ ਆਏਗਾ ਉਹ ਅਸਫਤ ਕਹਿੰਦਾ ਕਿ ਚਲੋ ਮਹਿਰੀਨ ਤੂੰ ਨਾ ਮਾਫੀ ਮੰਗੋ ਮਹਿਰੀਨ ਕਹਿੰਦੀ ਮੇਰੇ ਮਾਫ ਕਰ ਦੇ ਮਾਫੀ ਮੰ महरीन बहुत दुखी है महेरीन खाला बहुत दुखी है इन्हना सब तो दुखी मुलाजमा भी बहुत दुखी है सारे जुलम एक पास सारे महेरीन दुखी एक पास जब मामू मामी को माफ़ी मंगन गई मेनू सोरी एट दुखी चीज नहीं लगा मामू मामी को माफ़ी मंग गई सारे रात दरुस्त होते गर्मी से नौकरा बहुत रोन रही है oh. कि बाजी माफ़ी मंगन गई थी अज लग गए इसी के साथ हमारे सिलसिला होता है खत्म वक्त हो चलामेंडे का आज का शो है द मॉर्निंग शो बेसिक जैसे इसका नाम बताता है द मॉर्निंग शो एक मॉर्निंग शो की कहानी है बाहर के मुल्क में मॉर्निंग शोज दो तरह के होते हैं हम अच्छा। बात पहले कर चुके थे हमने बात की थी कब बात की थी हमने ये कि की हमने बात की थी कि वो उस तरह का मॉर्निंग शो है न्यूज़ वाला जहाँ पे ख़बरें वगैरह बताते हैं और निदा यासी का मॉर्निंग शो नहीं था तो उसमें मॉर्निंग शो है जो दो होस्ट होते हैं एक होस्ट पे मी टू के चलते हुए उन पर हरासमेंट किया कंप्लेन तो उनको फायर कर दिया है अब दूसरी होस्ट अकेली पड़ गई हैं उनकी प्लेसमेंट कौन आएगी आउ शायद बताने में इतनी मज़ेदार ना लग रही हो कहानी बट ऑनस्टली ड्रामा बहुत अच्छा खूबसूरत ड्रामा है स्टार्टिंग थोड़ी सी स्लो है आहिस्ता आहिस्ता थोड़ी पेस पकड़ता है दो इसके सीजन हैं बहुत मज़ेदार आई थिंक और सीजन इसके आने वाले आएंगे रिन्यू होगा होपफुली इंशाल्लाह तो बहुत ही मज़ेदार शो है द मॉर्निंग शो आप ऐसे मुख्य बनाती हो है? ऐसे फैर एनी हाउ द मॉर्निंग शो है इस हफ्ते की रिकमेंडेशन हैश टैग फीडबैक कॉर्नर फीडबैक के लिए हैश टैग अम्मा स्टेक अम्मा स्टेक के लिए हमारे यूट्यूब चैनल को सब्सक्राइब कर ले बेल आइकन प्रेस कर ले और देखते रहें अम्मा टीवी और मैं